अपना पुत्र एक मिनट अपनी जवाई दे पठे दे किन्ने काम करना है एक मिनट अपना आप ही चेक करिए मेरे पठे माड़े जे सट हो लंदे उस तो बाद तुहानू उल्लू दे पठे दा तमाशा दिखाऊंगा मैं चिकर च चक्कर मार देनी मैं तुम्हें सर तू मैं जानता नहीं मैं तुम्हें कमरे च बत्ती बंद कर दी हुई तो वैसे ही 7 बजे अगले डराउन लग जांदा ये तो दिल करे तेरे वाले कमरे तो भी दिहाड़ी च 3 बार गैप हुंदा होवे हेलो एक्सक्यूज मी क्या पन्ना यादी ओ मेरा प्यार है मेरा लव है हां तेनु जानवरों ना बहुत प्यार है ओ काका मैं ना जुबान कंट्रोल च रख एनु भी कंट्रोल च रखो इनको बोल के मेरा कमरा खाली करे कमरा खाली कर कमरा कितने मैं खाली करदा मैं तोड़ा सास नहीं करदा मैं थोड़ा ही कमरा खुला ही रखदा ना बेवकूफ आदमी उंगलों ना गिनन लग गया 1 2 3 4 5 तेन पता नहीं मैं तेरे को मंगाया फ्रूट तो तू फटा के चले जा कन ला के सुन दिया कन ला के अंदर सुन दिया मैं कमरे च रखन वाला है हुण मान नहीं जदों जीरो दा वाला बलदा होना उदों कितना लगदा होना रेगमाल जिहड़ा मंगवाया सी इहदे करके मंगवाया सी इहने अपने आप नूं लाउणा सी लत्तां सगाल नाल तां भरियां पईआं नी इहदा आ जा पुत्तर तेरे रहिण दा सानूं कोई दुख नहीं कम से कम साड़ी बच्ची नू सुकन ते दे सुकन ने डैडी कुछ नहीं हुंदा कुछ नहीं हुंदा पखा लाया नहीं मैं पखा लाया इसे कम नू लाया नालो नाल सुकी जावे नालो नाल गिली हो जाए कक्कर ये की हो जाए मैं नहीं जाना तू जाना है मैं देखा मैं कौन करता तू मैं इत्ते ही रमांगा इत्ते उड़िया इधे बारे सोचना चाहिए किस तरह अब्बा जी बस बहुत हो गया ठीक है ना मैं हूं सुधे एनू ना मैं बुला लगी अपने पापा जी नू ठीक है और पापा जी भी आणगे चंगी मासी दा दुध चुंगया वड्डे प्रेशन ना होई आ मां ते उदों ही कह हो गई सी मासी ने पाली आ सत महीने बाहर रहा हूं 7 महीने अंदर रहना
ਤੁਸੀਂ ਕਰਕੇ ਵੜਦੇ ਆ ਸਾਰਾ ਗਾਣਾ ਠੀਕ ਆ ਐਂਡ ਵਾਲਾ ਛੱਟਾ ਬਹੁਤ ਮਾੜਾ ਕਿਉਂ ਜੀ ਉਹਨੂੰ ਕੀ ਮਸਲਾ ਹੈ ਉਹ ਕੋਈ ਵਿਚਾਰੇ ਨਹੀਂ ਇਦਾਂ ਦੇ ਮੁੰਡੇ ਹੁੰਦੇ ਸਾਦੇ ਹੁੰਦੇ ਉਹਨਾਂ ਨੂੰ ਇਹ ਧਮਕਾਂ ਦਾ ਨਹੀਂ ਪਤਾ ਕੁਵਾਰੇ ਬੰਦੇ ਹੁੰਦੇ ਉਹ ਕਹਿੰਦੇ ਐਂਡ ਤੇ ਪਤਾ ਨਹੀਂ ਕੀ ਕੀਤਾ ਸਾਰਾ ਡਰਾਮੇ ਦਾ ਕੀ ਬਦਤਮੀਜ਼ੀ ਹੈ ਸੌਰੀ ਮੈਂ ਹੋ ਕੀ ਨਹੀਂ ਆਇਆ ਇੱਥੇ ਕੁਛ ਵੀ ਨਹੀਂ ਹੁੰਦੇ ਇੰਨਾ ਮੈਂ ਕੀ ਕਰਨਾ ਉਹ ਬਾਜੀ ਹੋਰਾਂ ਨੂੰ ਥੋੜਾ ਜਿਹਾ ਮਸਲਾ ਸੀ ਕਿਹੜਾ ਜਸਮਾਨੀ ਫਿਟਨੈਸ ਦਾ ਕਿਹੜੀ ਬਾਜੀ ਤੇਰੀ ਬਾਜੀ ਜੀ ਉਹਦਾ ਨਾਮ ਹੀ ਨਹੀਂ ਲੈਣਾ ਕਿਉਂ ਫੱਫੇ ਕੁੱਟਣ ਦਾ ਕੀ ਹੋਇਆ ਨਾ ਇਹਦਾ ਹਏ ਤੈਨੂੰ ਤਾਂ ਪਤਾ ਨਹੀਂ ਮੇਰੇ ਕਮਰੇ ਦਾ ਕਬਜ਼ਾ ਕਰਕੇ ਬੈਠੀ ਹੀ ਅਗਲੀ ਮੈਂ ਚੰਡ ਮਾਰ ਕੇ ਤੇਰਾ ਮੋਹਰਾ ਹਲਾ ਦੇਣਾ ਮਾਰ ਤੇ ਸਹੀ ਮਾਰ ਚੰਡ ਹੁਣ ਤੂੰ ਫਿਰ ਆਪਣੀ ਮਰੀ ਇਸ ਤਰ੍ਹਾਂ ਕਰਿਆ ਕਰ ਮੀਆਂ ਬੀਵੀ ਆਪਸ ਵਿੱਚ ਬੋਲ ਹੀ ਪੈਂਦੇ ਆ ਇਹ ਗੰਦੀ ਆਦਤ ਆ ਰਾਤ ਨੂੰ ਵੀ ਇਦਾਂ ਹੀ ਰੋ ਕੇ ਜਾਨ ਛਡਾ ਲੈਂਦਾ ਮੈਂ ਛੱਡ ਦੇਣੀ ਨੌਕਰੀ ਉਹ ਸੌਰੀ ਸਾਹਿਬ ਤੈਨੂੰ ਮਸਲਾ ਕੀ ਆ ਉਹ ਮੀਆਂ ਬੀਵੀ ਦੀ ਅੰਡਰਸਟੈਂਡਿੰਗ ਆ ਕਿਸੇ ਵੇਲੇ ਨਹੀਂ ਹੁੰਦੀ ਜਾਨ ਮੈਂ ਉਹਨੂੰ ਕਿਹਾ ਕਮਰਾ ਸਾਡਾ ਛੱਡ ਦੇ ਮੇਰੀ ਬੇਗਮ ਡਿਸਟਰਬ ਆ ਹਾਂ ਫੇਰ ਲੇਕਿਨ ਚੜਿਆ ਉਹਨੇ ਛੱਡ ਦੇਣੀ ਜਵਾਈ ਭਾਈ ਆ ਤੁਹਾਡਾ ਜਵਾਈ ਭਾਈ ਦੋ ਦਿਨ ਰਹੂਗਾ ਚੱਲ ਜੂਗਾ ਅਸੀਂ ਤੇ ਸੋਚਿਆ ਤੇ ਮੈਂ ਨੂੰ ਇਸ ਘਰ ਦੀ ਉਹ ਤੇ ਫੇਰ ਕੀ ਆ ਉਹ ਕਮਰੇ ਤੁਹਾਡੇ ਰਹਿੰਦੇ ਉਹਨੂੰ ਕਿਹੜਾ ਸੀ ਕਮਰਾ ਸਾਨੂੰ ਕੀ ਪਤਾ ਸੀ ਇੱਦਾਂ ਹੀ ਟਿਕ ਜਾਣਾ ਉਹਨੇ ਐਡਾ ਉਹ ਤੇ ਅਸੀਂ ਲਾ ਕੇ ਬਹਿ ਗਏ ਨੇ ਦੋਵੇਂ ਉੱਤੇ ਤੇਰੀ ਮੇਰਾ ਬੈੱਡ ਹੀ ਉਹ ਮੇਰਾ ਮੇਰਾ ਕਮਰਾ ਹੈ ਉਹ ਯੂਜ਼ ਹੀ ਨਹੀਂ ਕਰਨ ਦੇ ਆ ਉਹ ਬੈੱਡ ਦੇ ਨਾਲ ਦਾ ਮੰਜਾ ਨਹੀਂ ਹਾਂ ਰੋਜ਼ ਉਹਦੀਆਂ ਦਵੈਣਾ ਖਿੱਚ ਖਿੱਚ ਉਹਨੇ ਬਾਹੀਆਂ ਇੰਜ ਕੀਤੀਆਂ ਉਹਦੀ ਮੰਜਾ ਤੇ ਪਲਾਹ ਮੰਗਣ ਦੇ ਆ ਉਦੋਂ ਦਾ ਅਸੀਂ ਇਸ ਘਰ 'ਚ ਰਹਿੰਦੇ ਆ ਸਾਨੂੰ ਇਹ ਪੂਰੇ ਵਰਗ ਦਾ ਪਤਾ ਹੀ ਨਹੀਂ ਸਾਲਿਆ ਤੂੰ ਬਿੱਲੀ ਆ ਮੰਜੇ ਥੱਲੇ ਬੜਿਆ ਆਉਣਾ ਮੈਂ ਨਾਸ਼ਤਾ ਦੇਣ ਜਾਂਦਾ ਸਵੇਰੇ ਜਾਨ ਜਾਨ ਜੂਨ ਕੋਈ ਨਹੀਂ ਮੈਂ ਤੈਨੂੰ ਆਖਰੀ ਵਾਰੀ ਕਹਿ ਰਹੀ ਆ ਆਪਣੇ ਭੈਣ ਤੇ ਭਲਵਈਏ ਨੂੰ ਇਥੋਂ ਕੱਢ ਠੀਕ ਹੈ ਨਹੀਂ ਤਾਂ ਚੰਗਾ ਨਹੀਂ ਹੋਏਗਾ ਤੇਰੇ ਨਾਲ ਸਬਰ ਬੜੀ ਚੀਜ਼ ਆ ਸਭ ਮੇਰੇ ਕੋ ਨਹੀਂ ਹੁੰਦਾ ਮੈਨੂੰ ਪਤਾ ਮੈਨੂੰ ਪਤਾ ਮਰਨਾ ਵੀ ਜੇਜ ਰੱਖੋ ਉਹ ਭੈਣ ਆ ਤੇ ਫੇਰ ਗੱਲ ਕਰਦੇ ਮੈਨੂੰ ਸ਼ਰਮ ਆਉਂਦੀ ਆ ਕਰ ਇੰਜੋਏ ਕਰਨ ਦੇ ਤੇ ਅਸੀਂ ਸਾਡੀ ਇਹ ਆਪਣਾ ਬੇਟਾ ਜੀ ਤੁਹਾਡਾ ਇਹ ਲੜਾਈ ਝਗੜਾ ਕਿਉਂ ਨਹੀਂ ਬੰਦ ਹੋ ਰੁਕਣਾ ਵਾ ਮਾਂ ਦੀ ਕਾਕਾ ਜੀ ਕਾਕਾ ਮਾਰ ਕਰੋ ਮੈਨੂੰ ਆ ਬੈਨ ਹੋਈ ਨੂੰ ਉਹ ਕਾਕਾ ਤੇ ਹਲਾ ਉਹ ਥੋੜੇ ਦਿਨ ਹੋਰ ਇੰਤਜ਼ਾਰ ਕਰ ਲੋ ਹੋਰ ਕਿੰਨੇ ਦਿਨ ਅੱਬਾ ਜੀ ਉਹ ਬੇਟਾ ਦੇਖਣਾ ਉਹ ਸਾਡਾ ਜਵਾਈ ਭਾਈ ਆ ਨਹੀਂ ਉਹ ਤੇ ਬੜੇ ਕੋਈ ਗੱਲ ਦੂਦੀ ਅੱਬਾ ਜੀ ਅਸੀਂ ਇਸ ਮੁਆਸ਼ਰੇ ਚ ਮੂੰਹ ਦਿਖਾਣਾ ਹਾਂ ਉਹਦੇ ਕੋ ਨਹੀਂ ਸਬਰ ਹੁੰਦਾ ਹਾਂ ਹੈ ਓਏ ਮੇਰੀ ਸਾਈ ਲੈਣੀ ਹੈ ਆਪਣਾ ਕਹਿ ਕੇ ਚਿੱਤਰ ਖਾ ਲਾ ਤੇ ਪੁੱਤਰ ਨਾਲੇ ਤੂੰ ਆਪਣੇ ਪਿਓ ਨੂੰ ਵੀ ਕੋਈ ਸ਼ਿਕਾਇਤ ਨਹੀਂ ਲਾਉਣੀ ਇਹ ਘਰ ਦੀ ਗੱਲ ਕਰਦੇ ਪਾਪਾ ਜੀ ਤੁਸੀਂ ਵੇਖਣਾ ਤੇ ਸਹੀ ਮੇਰਾ ਨਾ ਕਮਰਾ ਖਾਲੀ ਹੋਏ ਮੈਂ ਤੁਹਾਨੂੰ ਦੱਸਾਂਗੀ ਇੱਥੇ ਮੈਂ ਇੱਟ ਨਾਈਟ ਵਜਾ ਦਵਾਂਗੀ ਜਾਨ ਕੀ ਇੱਟਾਂ ਨਹੀਂ ਇੱਟਾਂ ਲੱਭਣ ਹੀ ਨਹੀਂ ਦਈਆਂ ਉਹਨੇ ਸਾਰੀਆਂ ਪੈਂਦਾ ਲਾਈਆਂ ਉਧਰੋਂ ਮਨਜੀਤ ਜੀ ਕੀਤੀ ਉਹ ਕਿਸੇ ਗੰਦੀ ਨਸਲ ਦੇ ਆ ਭੈਣ ਦੀ ਨਾਫ ਕੱਢਦਾ ਇਹ ਕਿਹੜੇ ਕਿਹੜੇ ਐਂਗਲ ਤੋਂ ਜਾ ਕੇ ਕਮਰੇ 'ਚ ਵੇਖਣਾ ਹੈ ਵੇ ਐਸਾ ਪੁੱਤਰ ਇਹਦੇ ਬਾਰੇ ਸੋਚਣਾ ਚਾਹੀਦਾ ਉਹ ਕਿਸ ਤਰ੍ਹਾਂ ਇੱਥੋਂ ਜਾਏਗਾ ਇਹ ਸੋਚ ਦੇਖੋ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਨਾ ਆਖਰੀ ਵਾਰੀ ਕਹਿ ਰਹੀ ਹਾਂ ਤੁਹਾਨੂੰ ਦੋਨ ਮੇਰੀ ਆਖਰੀ ਵਾਰਨਿੰਗ ਹੈ ਕੀ ਡੈਡੀ ਮੇਰਾ ਪੁੱਤਰ ਕੀ ਡੈਡੀ ਮੇਰਾ ਚੰਦ ਇਹ ਪੁੱਤਰ ਆ ਪਿਲਾ ਇਹਦੇ ਨਾਲ ਨਾ ਤੇਰੀ ਛਾਤੀ ਖੁੱਲ ਜੇਗੀ ਜੇ ਛਾਤੀ ਖੁੱਲਣੀ ਹੈ ਤਾਂ ਫਿਰ ਉਹਨੂੰ ਪਿਲਾਓ ਨਹੀਂ ਨਹੀਂ ਤੁਸੀਂ ਪੀਓ ਛਾਤੀ ਉਹ ਖੋਲੋ ਨਾ ਦੇਖੋ ਨਾ ਛਾਤੀ ਜੰਗਾਲ ਲੱਗਿਆ ਇਹਦੀ ਜਵਾਈਆਂ ਦੀ ਖਿਦਮਤ ਨਹੀਂ ਕਰਦਾ ਨਹੀਂ ਪਾਣੀ ਪਾਣੀ ਪੀ ਲੈਣੇ ਆਪਾਂ ਜੀ ਤੁਸੀਂ ਅਗਰ ਇੰਨੇ ਪਿਆਰ ਨਾਲ ਮੈਨੂੰ ਦੇ ਰਹੇ ਹੋ ਪਾਣੀ ਆਪਾਂ ਜੀ ਤੁਹਾਡੇ ਕੋਲ ਤਾਂ ਅਸੀਂ ਜ਼ਹਿਰ ਫੜ ਕੇ ਵੀ ਪੀ ਸਕਦੇ ਆਪਾਂ ਠੰਡਾ ਪਾਣੀ ਠੰਡਾ ਪਾਣੀ ਹਾਏ ਪੁੱਤ ਜੀ ਇੱਕ ਸਕੂਨ ਹੋਏਗਾ ਤੈਨੂੰ ਪੁੱਤ ਕਾਲ ਜੇ ਠੰਡ ਪਊਗੀ ਕਾਲ ਜੀ ਅੱਪੂ ਗਿਆ ਗਿਆ ਅੱਪੂ ਗਿਆ ਅੱਪੂ ਗਿਆ ਗਿਆ ਅੱਪੂ ਕੀ ਹੈ ਆ ਕੀ ਗੱਲ ਆ ਪਾਣੀ ਪੁੱਤ ਨਹੀਂ ਨਹੀਂ ਪੁੱਤ ਪਾਣੀ ਨਾਲ ਮੈਨੂੰ ਕਿਸਾਣਾ ਮਸਾਲਾ ਜਿਹਾ ਲੱਗਣ ਡਿਆ ਕੀ ਹੋ ਰਿਹਾ ਕੀ ਹੈ ਪਿਆਲੀਆਂ ਮੇਰਾ 150 ਰੁਪਇਆ ਪਿਆ ਆਪੂ ਲਿਆ ਕੇ ਮੈਨੂੰ ਦੇ ਦਿਓ ਕੀ ਹੈ ਕੀ ਆ
बाबा जी कर, बस कर, देख देख, बाबा पिछली
बेड़ियां अपनियां भी बाहां बनियां इहदी अम्मी ने लगदा इहदे मरोड़ भी नहीं हट रहे हुण तकलीफ पियाउणा तुसीं बाबा जी ए कोक च कोक च ठीक है जी और अपने ना उंगल पियाउणी विच मिक्स करके उन्हें पियाउणा वा फौरी उन्हें गुस्सा आएगा अच्छा ओदे गुस्से नु गुस्सा ना समझियो ए तकलीफ दा असर होएगा वो तानू मारेगा कुटेगा नहीं नहीं वो मार ही नहीं सकता आस्ता आस्ता उसका गुस्सा ठंडा होएगा वो मार नहीं सकता क्यों क्यों सत्ता में नहीं तो यही काम करने आओ तुम बाबा जी ये कहता है तवीज भी क्यों गुस्सा है ना गुस्सा आएगा वो गुस्से वाला तवीज थोड़ा जा पार दिया सारा तो ग्रीस वाले शापर जी जी तेरे में क्या ही कर गुस्सा आएगा तो लड़ेगा गुस्सा मारेगा हाँ असी थे लोग के देख रहे हैं हाँ नकल देख शूम सड़क आगे अच्छा उतरो सानु भी तुम तो करना ही है तुम बापे अच्छा पलाओ ना पलाओ है अब्बा जी मेरे साथ जी ओ कोक ले आओ कोक ओ पुत्र है ओ पुत्र हो गई बाबे जी ने गल बात सारी हाँ जी हाँ जी ए पुत्र ए पानी दे विच ज्यादा असर हुंदा ओ जी फड़ो 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 ले अपना उंगल मैं ठहर के फेर दिना अच्छा पीन दे नाल फौरन अपना जवाई चले गए अपना पुत्र परे हो जा तेरी फिल्म बनाउन दई ਜਦੋਂ ਅਸੀਂ ਮੁੰਡੇ ਮੁੰਡੇ ਖੜੇ ਸੀ ਉਦੋਂ ਤੁਹਾਡਾ ਫੋਨ ਕੰਮ ਨਹੀਂ ਸੀ ਕਰਦਾ ਕੁੜੀ ਆ ਕੇ ਫਟਾਫਟ ਅਕੀਦਤ ਨਾਲ ਫੋਨ ਕੱਢ ਲਿਆ ਆ ਕੌਣ ਹੈ ਤਾਂ ਕਾਲਾ ਬੰਦਾ ਹਾਂਜੀ ਕਿਹਦਾ ਕਾਲਾ ਹੈ ਕੌਣ ਓਏ ਆਪਣੇ ਤੋਂ ਕਾਲਾ ਕੌਣ ਆ ਇਹ ਕਾਲਾ ਕਰੋ ਇਹ ਤਾਂ ਮੇਰਾ ਸਾਲਾ ਉਹ ਤਾਂ ਹੀ ਕਾਲਾ ਉਹ ਤੈਨੂੰ ਹੀ ਕਾਲਾ ਗਿਆ ਭਾਈ ਕਿਹਦਾ ਬਾਹਰ ਦੇ ਕੁੰਡੇ ਵਰਗਾ ਮੂੰਹ ਜਿਹਦਾ ਜਿਹਦਾ ਮੂੰਹ ਏਡਾ ਕਾਲਾ ਦੇ ਕੰਨ ਕਿੱਡੇ ਕਾਲੇ ਬਸ ਕਰ ਬਸ ਕਰ ਨਾ ਹੁਣ ਤੇਰੇ ਦਰਸ਼ਨ ਲਈ ਉਹਦੇ ਸੱਜੇ ਖੱਬੇ ਚਾਂਦੀ ਦੇ ਵਰਗ ਲਵਾ ਦਾ मैनू नहीं सी पता मखसूस एरिया दी इन्नी तशनगी साले तेरे वाला काला बंदा देख के ना चंगी भली बीबी दा मूड बनया ना ठुस हो जांदा एंड दे मैं तुहाडी नफसिया समझना की कूला बच्चा देख के ना दिल नु ते हाथ पैंदा हालांकि मेरी मामा मैनू कह रहे सी हां सुहेब ना गुसल करके जाई की ना कह रहे तो कूड़ा कह रहे हो की ना तेरा सुहेब एल्बो टई टई तो लफता सुहेब अच्छा रानी दी स्पेलिंग्स नहीं हां जी रानी दी राणा दी स्पेलिंग एल्बो टई टई तो लफता नुनी नी बाबा वो राणा अच्छा कर तू बढ़िया लिखे नहीं ते साडी नक वड्डी गई सी बीकन हाउस दे स्टूडेंट हां केते केडे बीकन हाउस कदी स्कूल दा मुंह देखया ओ है किधर इधर सड़क सारी टूटी असा उपर दी जाईदा जी तुसी किधर मैं ठंड है जे भाई मैडम थोड़ी देरी हो गई अपनी गुड्डी ने एक दिन रात को कहता मैं गर्म कर ते नहीं होया सात दिन कहता रहा उन्होंने एक दिन गुस्सा चढ़िया उन्हें आले दुआले सौ पाथी ला के अग लाती तत्ता तत्ता फिर जेड़ा तेरी भैन का कुश्ता मार रही सी जी ताडी बुड्ढी दी सहेलियां सत महीने दोवे कटे कि देर बाद अज मुलाकात बड़ा टाइम याद आंदा जेल वाला यार बड़ा तेनू याद है तेरे पिछे कोई नहीं सी आंदा मैं फिर दो घंटे वास्ते आया
तेनू मैं हाँ मैं तेरा भरा हाँ केड़ी गल यार तेन सारिया खेल दिया गलां पापा दोवे जने एक दूजे दियां लत्तां टुटदे कदी तू मेरिया घुटनिया कदी मैं तेरिया घुटनिया एक बारी तू भुल के दो बारी मेरिया घुटदियां सी उस बाबे ने ते उस बंदे ने तेनू इथो मारन दी सुपारी दित्ती है मेनू इन्हां ने ते कजलिया तू मेरा यार है यार इन्हां ने तेनू सुपारी दित्ती मैं तेनू पूरा पान लै दिना दर्द होनी मैंने पता मैं पता वा इन्होंने छड़ना नहीं कजले ड्रिल मशीन चक्की बैठा अपने यार की निकाती करा रहे तू मार गोली मार गोली मार गोली हूं चल पैनी लेकिन मैं तेन बाबा एक गल दसा तू अपनी मौत खड़ा चलो तुम चलो चलो तुम पता लगे लेकिन मैं एक गल सोची मैं तेन इतने ला जाऊंगा तेन ला जाऊंगा मैं अपने यार ला जाऊंगा तू मैं वापस जेल तीनों लाई जा रहा मैं तो बड़ी औखी आया डेरे से चलने इस तरह कर दे चाची पिंड रही असि कहने तेरी चाची मर गई है सवारी चढ़न जा रहे मैं हैरान हां भी इन्ने पैसे खर्च के देखन की आए विच 100 होर पा के इधर चले जांदे ओथे जेड़ा महफिल मुजरा हो रहा तुहाडा इहदी बुड्ढी भी कहंदी होनी ओह तां ड्रामे ते गए आ लाओ जी पापा टू ये मेरे सुसर है इनकी बड़ा लाल कीता है बाबा सी रात नहीं भूल गई सलाम अलैकुम पापा टू मैनू पता लगा तेरे को चल जा
धन जी का उस बुढ़ी का तेरी धी का नहीं सही का दूरो नी बर्दाश्त हो रहा उतो चढ़े परे हो बच्ची तुहाडी मैनूं एक मिंट लई परे नहीं होण दिंदी आखिर किथे है तेरा प्यो मेरे वाल साहब मेरे डैडी मेरे पापा डैड पुत्र पुड़ी पुत्र अपना बाबा टू ओ मेरा कुड़म ओ मेरा बस तेरी मेरी खत्म हो गई है तो भाई साहब चलो बस ठीक है मैं सोच भी नहीं सकता सी कि तू एदा दा निकलेगा ओ बच्ची मेरी ने रो के फोन किया है शुक्र कर मैं बच्ची देती है मैं बच्ची ऐ नहीं दीती पुत्र तेरा सोरा प्यार ला प्यार ला सत के जाओ मैं मारी जा ओ कहां सच्चा भी कहां सच्चा मैं सद के जावा अपने गुल्ले माने तो जानू 7 महीने बाद मैं तेरी शक्ल देख रहे हां हाय मैं मर गई हाय मेरी जान मेरे मेरा पापा मेरा बड़ा मेरा बच्चा ਤਾਨੂੰ 7 ਮਹੀਨੇ ਜੇਲ੍ਹ 'ਚ ਕੱਟ ਕੇ ਆਇਆ ਮੈਨੂੰ ਪਤਾ ਵੇ ਕਿਵੇਂ ਕੱਟੇ ਜੇਲ੍ਹ 'ਚ ਕਿਸ ਤਰ੍ਹਾਂ ਗਏ ਸੀ ਜੇਲ੍ਹ ਵਿੱਚ ਜੇਲ੍ਹ ਵਿੱਚ ਮੈਂ ਬਸ ਹੈਲਮਟ ਨਹੀਂ ਸੀ ਪਾਇਆ ਮੇਰਾ 2000 ਦਾ ਚਲਾਨ ਹੋ ਗਿਆ ਅੱਛਾ ਮੇਰੇ ਕੋਲ ਪੈਸੇ ਹਨ ਸੀ ਉਹਨਾਂ ਨੇ 6 ਮਹੀਨੇ ਮੈਨੂੰ ਅੰਦਰ ਕਰਤਾ ਹੁਣ ਮੈਂ ਪੂਰੇ 7 ਮਹੀਨੇ ਕਰਕੇ ਆਇਆ ਮੇਰੇ 1 ਮਹੀਨਾ ਤਾਂ ਮਗਰ ਹੀ ਕੋਈ ਨਹੀਂ ਆਇਆ ਜਾਨੂੰ ਅੱਲਾ ਤੁਹਾਨੂੰ ਤੇ ਕਮ ਸੇ ਕਮ ਚਾਹੀਦਾ ਸੀ ਤੂੰ ਕਿਸੇ ਬੰਦੇ ਨੂੰ ਦੇਖਦੇ ਪਤਾ ਤੇ ਕਰਦੇ ਮੇਰਾ ਵੀ ਮੈਂ ਕਿੱਥੇ ਗਿਆ ਹਾਂ ਸਾਨੂੰ ਕੀ ਪਤਾ ਤੁਸੀਂ ਜੇਲ੍ਹ ਵਿੱਚ ਸੀ ਦੂਸਰੀ ਗੱਲ ਤੁਸੀਂ ਦੱਸੋ ਜੇਲ੍ਹ 'ਚ ਕੀ ਕਰਦੇ ਰਹੇ ਹੋ ਜੇਲ੍ਹ ਦੇ ਵਿੱਚ ਮੈਂ ਤੇਰਾ ਇੰਨਾ ਇੰਤਜ਼ਾਰ ਕੀਤਾ ਅੱਲਾ ਜੀ ਇੰਨਾ ਇੰਤਜ਼ਾਰ ਕੀਤਾ ਮੈਂ ਤਾਂ ਤੇਰੀ ਯਾਦ ਦੇ ਵਿੱਚ ਦੀਵਾਰ ਦੇ ਉੱਤੇ ਕੋਲੇ ਨਾਲ ਤੇਰੀ ਫੋਟੋ ਬਣਾ ਲੈਂਦਾ ਸੀ ਵਾਹ ਜੀ ਵਾਹ ਇੱਕ ਵਿੱਚੋਂ ਇੱਟ ਕੱਢ ਲੈਂਦਾ ਸੀ ਉਹ ਤਾਂ ਪਰਲੇ ਪਰਲੇ ਪਾਸੇ ਵਾਲੇ ਕੈਦੀ ਕਹਿਣ ਲੱਗ ਜਾਂਦੇ ਸੀ ਉਹ ਤੇਰੀ ਜਨਾਨੀ ਜੀ ਝਾਤੀ ਪੈਣ ਡਈ ਆ ਮੈਂ ਦੁਬਾਰਾ ਇੱਟ ਲਾ ਲੈਂਦਾ ਸੀ ਤੇਰੀ ਯਾਦ ਦੇ ਵਿੱਚ ਮੈਨੂੰ ਪਤਾ ਮੈਂ ਕਿਵੇਂ ਟਾਈਮ ਕੱਟਿਆ ਤੁਹਾਨੂੰ ਮੈਂ ਤਾਂ ਯਾਦ ਨਹੀਂ ਸੀ ਦੇਖੋ ਕਿੱਡੇ ਮਾੜੇ ਹੋ ਗਏ ਵੇਖੋ ਕਿੱਡੇ ਮਾੜੇ ਹੋ ਗਏ ਤੇਰੀ ਯਾਦ ਦੇ ਵਿੱਚ ਰੋਜ਼ ਟਰੱਕ ਉਲਟਦਾ ਸੀ ਕਦੇ ਮੈਂ ਸਾਰੀ ਵਜਰੀ ਇੱਧਰ ਸੁੱਟ ਦੇਣੀ ਕਦੀ ਇੱਧਰ ਸੁੱਟ ਦੇਣੀ ਕਦੇ ਮੇਰੇ ਉੱਤੇ ਹੀ ਪੈ ਜਾਣੀ ਕਿੰਨੀ ਮਜ਼ਦੂਰੀ ਕੀਤੀ ਜਾਂ ਤੁਸੀਂ ਤੇਰੀ ਮੈਂ ਯਾਦ ਦੇ ਵਿੱਚ ਬੜੀ ਮਿਹਨਤ ਮਜ਼ਦੂਰੀ ਕਰਕੇ ਪੈਸੇ ਇਕੱਠੇ ਕਰਕੇ ਤੇਰੇ ਕੋਲ ਆਇਆ ਹਾਂ ਅੱਛਾ ਹਾਂ ਪੁੱਤਰ ਸਲਾਮ ਕਰ ਤੇਰਾ ਭਰਵਈਆ ਆਇਆ ਅਸਲਾਮ ਅਲੈਕਮ ਪਾਇਆ ਨਾ ਵਾਲੇਕਮ ਸਲਾਮ ਇਹ 7 ਮਹੀਨੇ ਕਿੱਥੇ ਰਹੇ ਹੋ ਜੀ 7 ਮਹੀਨੇ ਮੈਂ ਤਾਂ ਜੇਲ੍ਹ 'ਚ ਤੁਹਾਡਾ ਕੰਮ ਨਹੀਂ ਸੀ ਪੜਦਾ ਵੀ ਤੁਹਾਡੀ ਕੁੜੀ ਦਾ ਮਕਲਾਵਾ ਲੈਣ ਵਾਸਤੇ ਮੈਂ ਆਉਂਦਾ ਸੀ ਮੈਨੂੰ ਫੜ ਕੇ ਲੈ ਗਈ ਪੁਲਿਸ ਉਹ ਪੂਰੇ 7 ਮਹੀਨੇ ਮੈਂ ਜੇਲ੍ਹ 'ਚ ਕੱਟ ਕੇ ਆਇਆ ਵਜ੍ਹਾ ਕਿਸ ਤੋਂ ਪੁਲਿਸ ਫੜ ਕੇ ਲੈ ਗਈ ਵਜ੍ਹਾ ਕਿ ਮੈਨੂੰ ਉਹਨਾਂ ਨੇ ਦੱਸਿਆ ਹੀ ਨਹੀਂ ਉਹਨਾਂ ਨੇ ਕਿਹਾ ਵੀ ਤੂੰ ਹੈਲਮਟ ਨਹੀਂ ਪਾਇਆ 2000 ਮੇਰੇ ਕੋਲ ਨਹੀਂ ਨਿਕਲਿਆ ਤੇ ਬਣਦਾ ਸੀ ਮੈਨੂੰ 7 ਮਹੀਨੇ ਪੂਰੇ ਕਰਾ ਕੇ ਭੇਜਿਆ ਤੂੰ ਭਰਾ ਮੇਰਿਆ ਚਲ ਮਾਲ ਹੀ ਪਾਇਆ ਮੈਂ ਆਹ ਪਤਾ ਨਹੀਂ ਮੋਢੇ ਤੇ ਗਜਰੇਲਾ ਸੁੱਟਿਆ ਸਾਰੇ ਕਿ ਬੱਬੂ ਜੀ ਉਹ ਪੁੱਤਰ ਉਹ ਮੈਂ ਕਹਿੰਦਾ ਉਹ ਚੱਲ ਮੇਰਾ ਨਹੀਂ ਉਹ ਤੈਨੂੰ ਆਪਣੀ ਬੇਗਮ ਦਾ ਵੀ ਖਿਆਲ ਨਹੀਂ ਆਇਆ ਨਹੀਂ ਮੈਨੂੰ ਇਹਦਾ ਹੀ ਤਾਂ ਖਿਆਲ ਆਇਆ ਤੁਹਾਨੂੰ ਕੀ ਦੱਸਾਂ ਮੈਂ ਕਿਵੇਂ ਰਾਤ ਨੂੰ ਸੌਂਦਾ ਸੀ ਮੈਂ ਆਪਣਾ ਇਕੱਲਾ ਸੌਣਾ ਆਪਣੀ ਲਾਤੀ ਆਪਣੇ ਆਪ ਨੂੰ ਮਾਰ ਕੇ ਕਹਿਣਾ ਜਾਨੂੰ ਲੱਤਾਂ ਨਾ ਮਾਰ ਮੈਨੂੰ ਪਤਾ ਮੈਂ ਕਿਵੇਂ ਤਕਲੀਫਾਂ ਨਾਲ ਟਾਈਮ ਪੂਰਾ ਕਰਕੇ ਇੱਥੇ ਤੱਕ ਪਹੁੰਚੇ ਹਾਂ ਜਾਨੂੰ ਬਸ ਹੁਣ ਮੈਂ ਸਾਰਾ ਕੁਝ ਫੈਸਲਾ ਕਰ ਲਿਆ ਕਿ ਹੁਣ ਮੈਂ 7 ਮਹੀਨੇ ਤੇਰੇ ਕੋਲ ਹੀ ਰਹਿਣਾ ਹਾਂ ਇੱਥੇ ਰਹਿਣਾ ਤੁਸੀਂ ਇੱਥੇ ਰਹਿਣਾ ਮੈਂ ਕਸਰਾਂ ਕੱਢਣੀਆਂ ਵਾਂ 7 ਮਹੀਨੇ ਇੱਥੇ ਰਹੇਗਾ ਹੁਣ ਉਹ ਤੇ 3-4 ਦਿਨ ਰਹੇਗਾ ਆਪਣੀ ਫਿਰ ਜਨਾਨੀ ਨੂੰ ਲੈ ਕੇ ਚਲੇ ਜਾਏਗਾ ਮੈਨੂੰ ਅੱਬਾ ਜੀ ਤੁਸੀਂ ਅੰਦਰ ਬੈਣ ਨੂੰ ਤੇ ਕੋਈ ਬੈਣ ਨੂੰ ਕੋਈ ਇੰਤਜ਼ਾਮ ਕਰੋ ਪੁੱਤਰੇ ਤੂੰ ਇਸ ਤਰ੍ਹਾਂ ਕਰ ਹੁਣ ਉਹ ਆ ਗਿਆ ਤੇਰਾ ਵੀ ਭਨਵਈਆ ਵਾ ਤੁਸੀਂ ਆਪਣੇ ਵਾਲਾ ਕਮਰਾ ਇਹਨਾਂ ਨੂੰ ਦੇ ਦਿਓ ਬਰਹਾਲ ਕਮਰਾ ਤੈਨੂੰ ਦੇ ਦਿੰਨੇ ਆ ਤੇ ਲੇਕਿਨ ਆਪਣੀਆਂ ਜਿਹੜੀਆਂ ਖਾਲੀ ਬੋਤਲਾਂ ਤੇ ਲਫਾਫੇ ਲਹੂਵੇ ਕਮਰੇ 'ਚ ਉਹਨਾਂ ਭਰੇ ਕਰ ਲਿਓ ਖਾਲੀ ਬੋਤਲ ਆਹੋ ਨਹੀਂ ਇਹਨਾਂ ਦੇ ਕਮਰੇ 'ਚ ਹੁੰਦੇ ਸੀ ਨਾ ਮੈਂ ਜਦੋਂ ਪਹਿਲੇ ਆਇਆ ਉਦੋਂ ਟਾਇਰ ਵੀ ਸੀ ਕਿੰਨਾ ਕੁਝ ਹੀ ਸੀਗਾ ਅੱਛਾ ਸੁਣ ਪੈਣਾ ਹਾਂਜੀ ਲਾਲਾ ਹੁਣ ਇੱਥੇ ਕੋਈ ਐਸੀ ਹਰਕਤ ਨਾ ਕਰੀ ਹਾਂ ਜਿਹਦੀ ਵਜ੍ਹਾ ਨਾਲ ਬਰਾਦਰੀ 'ਚ ਸਾਡਾ ਮੂੰਹ ਕਾਲਾ ਹੋ ਜਾਏ ਪੁੱਤਰੇ ਹਾਂਜੀ ਇਹਨੂੰ ਪੁੱਛ ਕੀ ਖਾਣਾ ਇਹ ਇੰਨੀ ਦੇਰ ਬਾਅਦ ਆਇਆ ਇਹਨੇ ਪਹਿਲਾਂ ਕੁਝ ਨਹੀਂ ਜੇ ਖਾਣਾ ਓਏ ਕੀ ਕਹਿੰਦੇ ਉਹ ਆਪਣੀ ਬੁੱਢੀ ਦੇ ਹੱਥੋਂ ਖਾਊਗਾ ਮੈਂ ਬਾਹਰੋਂ ਉਹਨੂੰ ਕਿੱਥੋਂ ਲਿਆ ਦਵਾਂ ਕਮਰਾ ਕਮਰਾ ਬਾਈ ਸਾਹਿਬ ਮੈਂ ਆਪ ਕੋ ਤੁਮੇ ਆਦੇ ਮੈਂ ਤੇਰਾ ਹੁਦਾ ਜੀ ਬੜੀ ਖੁਸ਼ੀ ਸਭ ਤੋਂ ਜ਼ਿਆਦਾ ਮੈਨੂੰ ਖੁਸ਼ੀ ਤੈਨੂੰ ਕਹਿੰਦੇ ਮਾਂ ਨਾ ਮੇਰੇ ਕੋ ਤੜਫਦੀ ਦੇਖੀ ਨਹੀਂ ਸੀ ਜਾਂਦੀ ਮੈਂ ਪਤਾ ਨਹੀਂ ਕਿੱਦਾਂ ਲੁਕ ਲੁਕ ਕੇ ਟਾਈਮ ਕੱਢਿਆ ਇੱਥੋਂ ਲੱਗੇ ਤੇਰੇ ਕੋ ਤੜਫਦੀ ਦੇਖੀ ਨਹੀਂ ਨਾ ਸੀ ਜਾਂਦੀ ਹੁਣ ਮੈਂ ਤੈਨੂੰ ਤੜਫਦੀ ਦਿਖਾਉਣੀ ਆ ਚਾਹੀ ਮੈਂ ਨਹੀਂ ਬੋਲਦੀ ਤੇਰੇ ਨਾਲ ਕਿਉਂ 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 ਮੇਰੇ ਸ਼ੱਕਰ ਤੇਰੇ ਸ਼ੱਕਰਿਆ ਪਾ ਰਿਆ ਮੇਰਾ ਗੁੱਲਿਆ ਮਾਣਾ ਮੈਂ ਤਾਂ ਰੁਕਿਆ ਪਿਆ ਮੈਂ ਤਾਂ ਪਾਟਣ ਵਾਲਾ ਹੋਇਆ ਪਿਆ ਜਾਨੂੰ ਜਾਨੂੰ ਮੈਂ ਪਾਟਣ ਵਾਲਾ ਜਾਣੇ ਕੀ ਕਰਦੇ ਹੋ ਤੁਸੀਂ ਇਹ ਮੈਂ ਜਾਣਦੇ ਉੱਥੇ ਮੈਂ ਸਿੱਖ ਕੇ ਆਇਆ ਸਾਰਾ ਕੁਝ ਚਾਹ ਜੀ ਤੁਹਾਨੂੰ ਇਹਦੇ ਵਿੱਚ ਬੜੇ ਬੜੇ ਬੰਦੇ ਕੰਮ ਕਰਨ ਲੱਗ ਪੈਂਦੇ ਨੇ ਮੈਂ ਹੁਣ ਚੰਗਾ ਭਲਾ ਉਹ ਤੋਂ ਸਾਰੇ ਕੰਮ ਆ ਗਿਆ ਤੁਹਾਨੂੰ ਪਤਾ ਹੈ
ਕਿੰਨਾ ਇੰਤਜ਼ਾਰ ਕੀਤਾ ਸੁਹਾਗ ਰਾਤ ਵਾਲੇ ਦਿਨ ਮੈਂ ਤੁਹਾਨੂੰ ਦੁੱਧ ਪਿਲਾਣਾ ਸੀ ਚਲੋ ਕੋਈ ਨਹੀਂ ਮੈਂ ਹੁਣ ਆ ਗਿਆ ਨਾ ਹੁਣ ਮੈਂ ਪੀਵਾਂਗਾ ਵੀ ਤੇ ਖਰਾਬ ਵੀ ਕਰਾਂਗਾ ਤਾਂ ਪੀਰ ਅਸੀਂ ਖਰਾਬ ਹੋ ਗਿਆ ਸੁੱਟਦੇ ਸੀ ਹੁਣ ਸੁੱਟਣਾ ਕਿਉਂ ਸੀ ਮੈਂ ਫੇਰ ਪੀ ਲੈਣਾ ਸੀ ਮੈਂ ਉਹਦੇ ਜੇਲ੍ਹ ਦੇ ਵਿੱਚ ਇਦਾਂ ਦੇ ਖਰਾਬ ਦੁੱਧ ਹੀ ਤਾਂ ਪੀਂਦਾ ਸੀ ਉੱਥੇ ਨਹੀਂ ਮੈਨੂੰ ਤੇਰੀ ਯਾਦ ਆ ਰਹੀ ਸੀ ਮੇਰੀ ਜਾਨ ਮੇਰੀ ਜ਼ਿੰਦਗੀ ਹੁਣ ਛੱਡ ਕੇ ਨਾ ਜਾਏ ਮੈਨੂੰ ਮੈਂ ਕਦੇ ਵੀ ਨਹੀਂ ਜਾਣਾ ਮੈਂ ਕਦੇ ਵੀ ਨਹੀਂ ਜਾਣਾ ਮੈਂ ਤੇ ਪਹਿਲਾਂ ਸੋਣਾ ਆਪਣਾ ਕੁੰਡਾ ਲਾ ਕੇ ਤੇ ਅੰਦਰ ਕੰਧ ਕਰ ਲੈਣੀ ਆ ਮੈਂ ਹੁਣ ਮੈਂ ਫੇਰ ਅੰਦਰ ਹੀ ਰਹਿਣਾ ਤੈਨੂੰ ਪਤਾ ਮੈਨੂੰ ਨਾ ਪਤਾ ਸੀ ਕਿ ਰਾਤ ਜ਼ਰੂਰ ਆਏਗੀ ਡਿਜ਼ੀ ਤੇ ਮੇਰੇ ਕੋਲ ਆਏਗਾ ਅੱਛਾ ਹਾਂ ਜੀ ਕੁੰਜੀ ਅੱਬਾ ਜੀ ਕੀ ਰੋਲਾ ਦੇਖਿਆ ਇਹ ਸਾਡੀਆਂ ਔਰਤਾਂ ਸਾਦਾ ਸਾਦਗੀ ਪਸੰਦ ਇਹਨਾਂ ਨੂੰ ਕਹਿੰਦੇ ਸਾਦਗੀ ਅੱਛਾ ਕਹਿੰਦੇ ਪਤਾ ਨਹੀਂ ਤੁਹਾਡੀਆਂ ਔਰਤਾਂ ਨੂੰ ਪਤਾ ਸਾਡੀ ਔਰਤਾਂ ਦੀ ਪ੍ਰੋਬਲਮ ਆ 2 ਘੰਟੇ ਨਾ ਨੱਚਣ ਜੋੜ ਥਲ ਹੋ ਜਾਂਦੇ ਆ ਉਹ ਕਾਕਾ ਉਹ ਬਗੈਰ ਤਾਂ ਭੈਣ ਆ ਤੇਰੀ ਤੇ ਭੈਣ ਭਰਾ ਦਾ ਸ਼ੁਕਰ ਨਹੀਂ ਹੁੰਦਾ ਆ 5 ਮਿੰਟ ਪਹਿਲਾਂ ਮੈਨੂੰ ਕਹਿੰਦੇ ਆ ਸੀ ਕੰਜਰ ਤੇ ਠੁਮਕਾ ਆਪਣੀ ਲਾਉਂਦੇ ਹੀ ਇੱਕ ਅੱਧੇ ਗਾਣੇ ਨਾਲ ਬੰਦਾ ਕੰਜਰ ਨਹੀਂ ਹੋ ਜਾਂਦਾ ਉਹ ਤੁਹਾਡੀਆਂ ਔਰਤਾਂ ਰੈਗੂਲਰ ਆ ਵੇਖ ਲਓ ਸਾਹਿਬ ਜੀ ਨਮਾਣੀ ਆਪਣੇ ਬੰਦੇ ਨੂੰ ਵੇਖ ਵੇਖ ਕੇ ਆਪਣੇ ਬੰਦੇ ਨੂੰ ਡੀਕ ਡੀਕ ਕੇ ਵੇਖ ਲਓ ਉਹਦਾ ਕੀ ਫਰੇਮ ਹੋ ਗਿਆ ਇਹ ਮੈਂ ਕਹਤਾ ਮੈਂਟਲੀ ਅਪਰੋਚ ਦੱਸਦੀ ਆ ਵਾਲਦਾ ਤੇਰੀ ਵੀ ਕੋਈ ਅੱਛੀ ਔਰਤ ਨਹੀਂ ਹੋਈ ਆਹ ਦੇਖੋ ਦੋ ਭੈਣ ਭਰਾ ਦੋਨਾਂ ਦੇ ਨਾਂ ਨਕਸ਼ ਨਹੀਂ ਮਿਲਦੇ ਸਾਡੀ ਵਾਲਦਾ ਵੀ ਸਮਾਜਿਕ ਕਾਰਕੁਨ ਔਰਤ ਹੋਈ ਹੈ ਉਹਦੀ ਬੂਥੀ ਵੇਖ ਤੇ ਆ ਫੇਸ ਦੇ ਖੁਸ਼ੀ ਇੱਕੋ ਜੀ ਕੀਤੀ ਉਹਨਾਂ ਨੇ ਮੇਰੇ ਵਾਲੇ ਸਾਹਿਬ ਦੱਸਦੇ ਇਹਨਾਂ ਵਾਰੀ ਵੀ ਬੜੀ ਖੁਸ਼ੀ ਕੀਤੀ ਇਹ ਤੇ ਜਦੋਂ ਪੈਦਾ ਹੋਏ ਆ ਸਾਹਿਬ ਨਹੀਂ ਖੁਸਰੇ ਲੈ ਗਏ ਆਏ ਹਾਏ ਹਾਏ ਇਹ ਇੰਨਾ ਕਾਲਾ ਸੀ ਕਿ ਆਪਣੀ ਮਾਂ ਨਾਲ ਸੁੱਤਾ ਉਹਨੇ ਪੀਲਾ ਤੌਲੀਆ ਦਿੱਤਾ ਇਹਦਾ ਰੰਗ ਤੌਲੀਏ ਚ ਬਹਿੰਦਾ ਇਹਨਾਂ ਬਾਹਰ ਆਵੇ ਇੰਜ ਕਰਕੇ ਖੁਸਰਾ ਗਿਆ ਇਹਦੀ ਮਾਂ ਇਹਦੀ ਮਾਂ ਨੇ ਇੱਥੋਂ 5,000 ਕੱਢਿਆ ਤੇ ਤਵਾਰ ਕੇ ਖੁਸਰੇ ਨੂੰ ਦਿੱਤਾ ਉਹਨੇ ਗੌਰ ਨਾਲ ਵੇਖ ਕੇ 10,000 ਪੱਲਿਓ ਵਾਪਸ ਕਰਕੇ ਕਿਹਾ ਲਾ ਉਹਨੂੰ ਤਾਂ ਆ ਮੁੜ ਕੇ ਨਾ ਇੱਦਾਂ ਦੀ ਚਪਲ ਮਾਰਿਓ ਪੁੱਤ ਤੈਨੂੰ ਕੀ ਪਤਾ ਹੋਵੇ ਮੇਰੇ ਪੁੱਤਰ ਦੇ ਹੁਸਨ ਦਾ ਐਡਾ ਸੋਹਣਾ ਹੁੰਦਾ ਸੀ ਛੋਟਾ ਜਿਹਾ ਹੋਣਾ ਮੈਨੂੰ ਇੰਜ ਕਰਕੇ ਚੁੱਕ ਕੇ ਝੰਗ ਬਾਜ਼ਾਰ ਲੈ ਕੇ ਜਾਣਾ ਤੇ ਲੋਕਾਂ ਨੇ ਮੈਨੂੰ ਪੁੱਛਣਾ ਉਹਨਾਂ ਨੇ ਕਹਿਣਾ ਭਾ ਬਾਂਦਰ ਕਿੰਨੇ ਦਾ ਲਿਆ ਸ਼ਰਾਬ ਤੇ ਨਾ ਮੈਂ ਹੱਥ ਉੱਤੇ ਇਸਰਾ ਮਾਰਦਾ ਸੀ ਉਹਦੀ ਵਜ੍ਹਾ ਤੋਂ ਬਾਂਦਰ ਕਹਿੰਦੇ ਆ ਦੇਖੋ ਦੋ ਭੈਣ ਭਰਾ ਹਾਂਜੀ ਅਸਲ 'ਚ ਨਾ ਮੇਰਾ ਕਲਰ ਵੀ ਇਸ ਤਰ੍ਹਾਂ ਦਾ ਸੀ ਤੁਹਾਨੂੰ ਕੀ ਮਸਲਾ ਇਹ ਬਣਿਆ ਅਸੀਂ ਗਏ ਕਾਲਜ ਹਾਂ ਅੱਛਾ ਗੱਡੀ ਉਤਰਦੇ ਆਈ ਮੈਨੂੰ ਨਜ਼ਰ ਲੱਗ ਗਈ ਬਾਜੀ ਸਾਈਡ ਤੇ ਹੋ ਗਈ ਨਜ਼ਰ ਲੱਗੀ ਵੀ ਨਾ ਤੈਨੂੰ ਉਹ ਕੁੜੀਏ ਮੈਨੂੰ ਇਹ ਦੱਸ ਅੱਜ ਜਦੋਂ ਬਨੇਰੇ ਤੇ ਕਾਂ ਬੋਲਦਾ ਉਹ ਤੂੰ ਤਿਆਰ ਹੋ ਕੇ ਤੂੰ ਕਿਹਦਾ ਇੰਤਜ਼ਾਰ ਕਰਦੀ ਹੈ ਕਾਂ ਝੂਠਾ ਵਾ ਉਹ ਮੈਨੂੰ ਉਹਦੇ ਆਂਦਾ ਪੈਗਾਮ ਦਿੰਦਾ ਮੈਨੂੰ ਪਤਾ ਉਹ ਮੈਨੂੰ ਲੈ ਆਣਗੇ ਪੂਰੇ 7 ਮਹੀਨੇ ਹੋ ਗਏ ਨੇ ਉਹ ਕਾਂ ਤੇਰੇ ਪੀਣਾ ਵਾ ਤੈਨੂੰ ਆ ਕੇ ਦੱਸ ਦਿੰਦਾ ਕੁੜੀਏ ਪਾਗਲ ਬੜਾ ਮਾਨਾ ਉਸੇ ਮੇਰੇ ਤੇ ਆ ਅਸੀਂ ਪਰ ਹੋ ਜਾ ਇਹਨੂੰ ਅੱਗ ਪੈ ਜਾਣੀ ਕੋਸੇ ਸੌਰੀ ਐ ਜੱਦੀ ਪੁਸ਼ਤੀ ਹਰਾਮ ਦੇ ਆਪਣੀਆਂ ਫੈਮਿਲੀਆਂ ਦਾ ਨਾ ਇਹ ਸ਼ਡਿਊਲ ਆ 6-6 ਮਹੀਨੇ ਸਾਲ ਸਾਲ ਲੰਘ ਜਾਂਦਾ ਫਿਰ ਜਾਂਦੇ ਮਕਲਾਵਾ ਲੈਣ ਲੇਕਿਨ ਇਹਨਾਂ ਦੇ ਖਾਨਦਾਨ ਨੂੰ ਮੇਰਾ ਸਲੂਟ ਸਲੂਟ ਤੋਂ ਬਾਅਦ ਹੀ ਤੋਤਾ ਹੀ ਭੈਣ ਕੱਢ ਲੈ ਜਿਹੜੀ ਕੱਢਣੀ ਇਹ ਸਲੂਟ ਮਾਰ ਕੇ ਵੀ ਤੇ ਕੱਢਣੀ ਆ ਇਹਨਾਂ ਦਾ ਸ਼ਡਿਊਲ ਹੋਰ ਆ ਉਹ ਕੀ ਪਤਾ ਜੇ ਧੀ ਭੈਣ ਦੀ ਸ਼ਾਦੀ ਕਰਨੀ ਆ ਨਾ ਹਾਂਜੀ 2 ਮਹੀਨੇ ਪਹਿਲੇ ਉੱਥੇ ਜਾਣਾ ਰਿਹਾ ਅਸਲ ਵਾਸਤੇ ਅੱਛਾ ਉਹਨਾਂ ਨੇ ਕਿਹੜਾ ਕਿਸੇ ਨੂੰ ਦੱਸਣਾ ਰੋਜ਼ ਦੇ ਆਉਣ ਵਾਲੇ ਆ ਇਹਦਾ ਵੀ ਕੋਈ ਢਿੱਡ ਦਾ ਕੱਚਾ ਨਹੀਂ ਹੁੰਦਾ ਆਪਣੀ ਭੇਤ ਖੋਲ ਕਿੰਨੇ ਬੱਚੇ ਆ ਤੇਰੇ 4 ਤੁਸੀਂ ਡਰਾਮੇ ਦੇ ਚਾਰਜ ਵੀ ਝੂਠ ਨਹੀਂ ਚੱਲਦੇ ਕੀ ਹੋਇਆ ਤੂੰ ਤੇ ਕਹਿੰਦਾ 2 ਬਾਲੇ ਦੇ ਸੀ ਉਹ ਬੋਤਲ ਦਿਨ ਲੈ ਗਿਆ ਬਾਲਾ ਉਹਨਾਂ ਦਾ ਮਾਮਾ ਵਾ ਉਹ ਭਾਵੇਂ ਸਾਰੇ ਲੈ ਜਵੇ ਉਹ ਪੁੱਤਰ ਚੱਲਦੇ ਡਰਾਮੇ 'ਚ ਬੋਲਣਾ ਹਰਾਮ ਆ ਫਿਰ ਕਹਿੰਦੇ ਸਿਆਣੇ ਖਿੱਚਦੇ ਆ ਹਾਂ ਕੁੜੀਏ ਬਿਲਕੁਲ ਝੂਠੀਆਂ ਗੱਲਾਂ ਉਹਨੇ ਵਿਚਾਰੇ ਨੇ ਅਜੇ ਨਹੀਂ ਅੱਪਾ ਜੀ ਇੰਜ ਨਾ ਕਹੋ ਉਹਨੇ ਨਹੀਂ ਆਣਾ ਇੱਕ ਇੱਕ ਦਿਨ ਮੈਂ ਗਿਣ ਕੇ ਗੁਜ਼ਾਰ ਲਈ ਹੋਏਗਾ ਕਾ ਸੱਚੇ ਲਾਲਾ ਦੁਆ ਕਰੋ ਆਈਏ ਅਸੀਂ ਤੇ ਦੁਆ ਕਰਦੇ ਉਹ ਬਣ ਕੇ ਭੈਣ ਦੇ ਇੱਥੇ ਸਾਲਿਆ ਮਿੰਟ ਬਾਅਦ ਕਾਂ ਕਾਂ ਭੈਣ ਮੇਰੀ ਨੂੰ ਚੁੰਬਸ਼ੀ ਕੀਤਾ ਇਹ ਜਿਹੜਾ ਗਾਂ ਬੋਲਦਾ ਨਾ ਕੋਈ ਪਿੰਡ ਚੋਂ ਬੰਦਾ ਤੁਰਿਆ ਜੇ ਆਇਆ ਬਿਲਕੁਲ ਬੜਿਆ
ਗੱਲ ਕੀ ਹੋਈ ਸੀ ਫੋਨ ਤੇ ਕੀਤਾ ਮੈਨੂੰ ਇਹਨਾਂ ਨੇ ਮੇਰੀ ਜ਼ਿੰਦਗੀ ਆਜ਼ਾਬ ਕੀਤੀ ਹੈ ਐਨੇ ਹਾਂਜੀ ਇਹਨਾਂ ਦੋਵਾਂ ਨੇ ਅੱਬੂ ਜੀ ਓਏ ਹਰਾਮ ਦੇ ਹੋ ਤੁਸੀਂ ਦੋਨਾਂ ਨੇ ਨਹੀਂ ਨਹੀਂ ਉਹ ਵਿਆਹ ਇੱਕ ਦਾ ਹੋਇਆ ਹੈ ਤੇਰਾ ਵੀ ਕੰਮ ਆ ਖੋਤੀ ਦੇ ਆ ਓਏ ਨਹੀਂ ਨਹੀਂ ਉਹ ਕੋਈ ਹੋਰ ਕਹਿਣਾ ਚਾਹੁੰਦੀ ਆ ਹਾਂ ਇਹ ਤੁਹਾਡੇ ਸਮਝਣ ਚ ਫਰਕ ਆਇਆ ਜੀ ਹਾਂਜੀ ਹੋਰ ਦੱਸ ਕੁੜੀਏ ਕੀ ਗੱਲ ਆ ਪਾਪਾ ਜੀ ਮੈਂ ਤੁਹਾਨੂੰ ਦੱਸ ਲਿਆ ਇਹਨਾਂ ਨੇ ਨਾ ਆਪਣੇ ਧੀ ਵੀ ਇੱਥੇ ਰੱਖੀ ਤੇ ਆਪਣਾ ਜਵਾਈ ਵੀ ਬੁਲਾ ਕੇ ਮੇਰੇ ਕਮਰੇ ਚ ਵਾੜ ਲਿਆ ਜਿਹੜਾ ਤੁਸੀਂ ਮੈਨੂੰ ਬੈੱਡ ਦਿੱਤਾ ਨਾ ਉਹਦੇ ਚੋੜੇ ਹੋ ਕੇ ਸੁੱਤੇ ਨੇ ਕਿਉਂ ਓਏ ਹੈ ਮੇਰੀ ਬੱਚੀ ਦੀ ਕਿਹੜੀ ਚੀਜ਼ ਘੱਟ ਆ ਨਹੀਂ ਨਹੀਂ ਉਹ ਜਿਹੜੀ ਤੂੰ ਬਾਹਰ ਪਾਈ ਆ ਬਾਹਰ ਪਾਈ ਉਹ ਜਨਾਬ ਉਹ ਮੇਰਾ ਜਵਾਈ ਆ ਉਹ ਆ ਗਿਆ ਬਸ ਉਹ ਕਮਰਾ ਫਿਰ ਇਹਨਾਂ ਦਾ ਹੋਇਆ ਕੀ ਸੀ ਪਾਪਾ ਜੀ ਮੈਂ ਤੁਹਾਨੂੰ ਦੱਸ ਲਿਆ ਇਹਨਾਂ ਨੇ ਕਮਰੇ ਚ ਆਪਣੀ ਧੀ ਵਾੜ ਕੇ ਤੇ ਮੈਨੂੰ ਵਿਹੜੇ ਚ ਪਾਤਾ ਓਏ ਵਿਹੜੇ ਜੀ ਪਾਤਾ ਹਾਂਜੀ 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 ਉਹ ਕਿਸੇ ਖੋਤੀ ਦੇ ਆ ਪੁੱਤਾ ਹੈ ਬਗੈਰਤਾ ਉਹ ਮੇਰੀ ਬੱਚੀ ਵਾਸਤੇ ਕਮਰਾ ਨਹੀਂ ਸੀ ਹੈਗਾ ਕੀ ਆਂਡ ਗੁਆਂਡ ਚਾਤੀ ਮਾਰ ਕੇ ਕਹਿੰਦੇ ਹੋਣਗੇ ਪਤਾ ਕੀ ਗੱਲ ਆ ਮੈਂ ਕਹਿੰਦਾ ਸੀ ਚੱਲੇ ਮੈਂ ਕਹਿੰਦਾ ਸੀ ਮੱਲੇ ਵਾਲਿਆਂ ਨੂੰ ਦਰਸ਼ਨ ਹੋ ਜਾਣ ਹੋਰ ਕੀ ਗੱਲ ਹੋਰ ਕੀ ਗੱਲ ਆ ਖੋਲੇ ਕਰ ਸ਼ਰ ਪਾਪਾ ਜੀ ਮੈਂ ਤੁਹਾਨੂੰ ਦੱਸ ਦਈ ਐ ਨਾ ਦੋਵੇਂ ਜਾਣੇ ਐ ਭੈਣ ਵਾਸਤੇ ਤੇ ਧੀ ਵਾਸਤੇ ਇੰਨਾ ਇੰਨਾ ਫਰੂਟ ਇੰਨਾ ਇੰਨਾ ਡਰਾਈ ਫਰੂਟ ਇੰਨੀ ਇੰਨੀ ਮੱਛੀ ਲੈ ਕੇ ਆਉਂਦੇ ਤੇ ਮੈਂ ਮੰਗ ਕੇ ਕਹਿੰਦੇ ਫੇਰ ਇੱਕ ਵਾਰੀ ਹਾਂ ਉਹ ਤੁਸੀਂ ਰੱਜਦੇ ਨਹੀਂ ਹੋ ਹਰਾਮ ਦੇ ਹੋ ਨਹੀਂ ਨਹੀਂ ਉਹ ਹੈ ਉਹ ਮੈਂ ਜਾਣੇ ਹੋਰ ਦੱਸ ਕੀ ਗੱਲ ਆ ਐ ਹੁਣੇ ਹੁਣੇ ਮੈਨੂੰ ਅੰਦਰ ਕਹਿ ਰਿਹਾ ਸੀ ਹੁਣ ਵੀੜੇ ਜੀ ਨਹੀਂ ਹੁਣ ਮੈਂ ਤੈਨੂੰ ਕੋਠੇ ਤੇ ਪਾਵਾਂਗਾ ਪਤਾ ਕੀ ਕੀ ਪਰ ਜੱਜਾ ਮੈਨੂੰ ਸੋਚ ਲੈ ਆਂਦੇ ਸੀ ਜਿਹੜੀ ਹਵਾਈ ਮੈਨੂੰ ਇਸ ਗੱਲ ਦਾ ਹੀ ਮਜ਼ਾ ਲੈਣ ਤੇ ਪਰੇ ਹੋ ਜਾ ਹਜੇ ਇਹਨੂੰ ਕਹਿੰਦੇ ਪਿਓ ਦੀ ਵੀ ਫਰੈਂਕਨੈਸ ਸਾਲਾ ਪਾਪਾ ਜੀ ਲੋਕਾਂ ਨੇ ਤੈਨੂੰ ਤੇ ਕਾਂ ਹੀ ਸਮਝਣਾ ਹੈ ਉਹ ਤੈਨੂੰ ਕਮਰਾ ਨਹੀਂ ਦਿੱਤਾ ਇਹਨਾਂ ਨੇ ਪਤਾ ਕੀ ਗੱਲ ਮੈਂ ਕਹਿ ਰਿਹਾ ਮੈਂ ਹਵਾਈ ਸਵਾਰੀ ਵੀ ਕਰਾਂ ਕਨਫਰਮ ਹੋ ਗਿਆ ਵੀ ਚੰਗੇ ਖਾਨਦਾਨ ਚ ਮੈਂ ਵੀ ਬੱਚੀ ਨੂੰ ਦਿੱਤੀ ਵੀ ਗਦੀ ਵੀ ਤੇ ਖੋਤੀ ਹੁੰਦੀ ਉਹ ਕਿਹੜਾ ਹੋ ਤਾਂ ਤੋ ਆ ਜੀ ਆ ਮੈਂ ਤਾਂ ਪਾਪਾ ਜੀ ਮੈਂ ਤੁਹਾਨੂੰ ਦੱਸ ਲਿਆ ਇਹ ਮੈਨੂੰ ਕਹਿੰਦੇ ਨੇ ਕਿ ਜੇ ਅਗਰ ਤੂੰ ਸਾਡੀ ਭੈਣ ਨੂੰ ਬਾਹਰ ਕੱਢਿਆ ਤੂੰ ਕਹਿੰਦਾ ਮੇਰੀ ਧੀ ਨੂੰ ਬਾਹਰ ਕੱਢਿਆ ਨਾ ਤੇ ਉਹ ਮੈਨੂੰ ਵੀ ਘਰੋਂ ਬਾਹਰ ਕੱਢ ਦੇਣਗੇ ਬਾਹਰ ਕੋ ਕੱਢੋਗੇ ਆਪਣੀ ਬੱਚੀ ਦਾ ਸੱਜਾ ਖੱਬਾ ਸਹੀ ਕਰਾ ਲਓ ਹੈ ਉਹ ਡਾ ਨਹੀਂ ਬਾਹਰ ਕੋ ਕੱਢੋਗੇ ਨਹੀਂ ਸੀ ਕਰਨਾ ਚਲ ਬੱਚੀ ਕਹਿੰਦੀ ਆ ਵੀ ਮੈਨੂੰ ਅੰਦਰ ਰਹਿਣ ਦਿਓ ਅਸੀਂ ਬਾਹਰ ਕੱਢਦੇ ਹਾਂ ਅਸੀਂ ਬਾਹਰ ਕੱਢਦੇ ਰੋਈ ਨਾ ਮੇਰਾ ਹਾਸਾ ਨਾ ਕਢਾਈ ਰੋਈ ਨਾ ਸੀਰੀਅਸ ਮੂ ਪਾਪਾ ਜੀ ਨੇ ਨਹੀਂ ਪਤਾ ਮੈਨੂੰ ਮੇਰਾ ਕਮਰਾ ਖਾਲੀ ਕਰਾ ਕੇ ਦੋ ਕਮਰਾ ਖਾਲੀ ਕਰਕੇ ਦੇ ਓਏ ਮੁੜੀ ਦਾ ਸਿਆਲਕੋਟ ਦੋਸਤ ਆਉਣ ਦਿਆ ਕਮਰਾ ਖਾਲੀ ਕਰੋ ਮੈਂ ਕਰ ਦਿੰਦਾ ਪਾਪਾ ਜੀ ਮੇਰੇ ਨਾਲ ਘਰ ਵਸਾਣਾ ਹੈ ਤੋੜਨਾ ਨਹੀਂ ਅੱਛਾ ਮੈਂ ਕਰੇ ਜ਼ੁਬੈਰ ਆ ਰਹੇ ਆ ਮੇਰੇ ਲਵ ਹੈ ਲਵ ਇਹਨਾਂ ਨਾਲ ਜਰਾ ਤੁਸੀਂ ਵੀ ਪਿਆਰ ਨਾਲ ਗੱਲ ਕਰੋ ਹੁਣ ਆ ਲਵ ਆ ਹਾਂ ਓਏ ਰੰਗ ਦਾ ਹੀ ਕਾਲਾ ਆ ਫੰਕਸ਼ਨ ਹੋ ਰਹੀ ਆ ਇਹਦੇ ਮੇਰੇ ਪਾਪਾ ਜੀ ਉਹ ਸਮਝੀ ਖਰੇ ਉਹ ਕਾਲਾ ਜਿਹਨੇ ਜੀ ਫਿਲਮਾਂ ਲਗੋ ਕੇ ਲਿਆਈ ਦੀ ਆ ਆ ਤੂੰ ਹੁਣੇ ਹਟਣਾ ਇਹਨਾਂ ਹਰਕਤਾਂ ਤੋਂ ਜਾਂ ਮੈਂ ਬੱਚੀ ਲੈ ਜਾਵਾਂ ਨਹੀਂ ਬੱਚੀ ਵੀ ਰਹਿਣ ਦਿਓ ਮੇਰੇ ਕੋ ਹੱਟ ਵੀ ਨਹੀਂ ਹੋਣਾ ਕੀ ਕਰ ਝੂਠ ਬੋਲ ਕੇ ਮੂੰਹ ਕਾਲਾ ਕਰਾਵਾਂ ਹਾਂ ਕਿ ਨਾ ਕੋ ਕਰਾਣਾ ਹੀ ਪਾਪਾ ਜੀ ਇਹਨਾਂ ਨੂੰ 2 ਮਿੰਟ ਇਸ ਕਮਰਾ ਖਾਲੀ ਕਰਾਣ ਮੇਰਾ 2 ਮਿੰਟ ਦੇ ਵਿੱਚ ਕਿਹੜਾ ਕਮਰਾ ਜਿਹੜਾ 2 ਮਿੰਟ ਚ ਖਾਲੀ ਹੁੰਦਾ ਹੈ ਜਵਾਈ ਰਹਿ ਰਿਹਾ ਜੀ ਜਵਾਈ ਰਹਿ ਰਿਹਾ ਸਾਹਿਬ ਜੀ ਸਮਾਨ ਤਾਂ ਮੇਰਾ ਉਹਨਾਂ ਨੇ ਆਪ ਹੀ ਬਾਹਰ ਨਿਕਲਣਾ ਸਮਾਨ ਤਾਂ ਤੇਰਾ ਹੀ ਆ ਮੈਨੂੰ ਪਤਾ ਆ ਹਾਂ ਤੇ ਉਹ ਕਿਹੜੀ ਚੀਜ਼ ਆ ਜਿਹੜੀ 2 ਮਿੰਟ ਚ ਨਿਕਲਦੀ ਆ ਕੱਲਾ ਮੈਟਰਸ ਰੱਖੇ ਆ ਅੰਦਰ ਅਜੀ ਅਜੀ ਪਿਓਤੀ ਦੀ ਇਹ ਸਾਰਾ ਸਮਾਨ ਤੇਰਾ ਜਿਹੜਾ ਜੇਬ ਚ ਦਿੱਤਾ ਆ ਉਹ ਕਿੱਥੇ ਗਿਆ ਉਹਨਾਂ ਨੇ ਮੇਰਾ ਸਮਾਨ ਲੈ ਕੇ ਕਮਰੇ ਚ ਥੋੜੀ ਬਾਹਰ ਜਾਣਾ ਮੇਰਾ ਸਮਾਨ ਅੰਦਰ ਹੀ ਰਹੇਗਾ ਕਮਰਾ ਖਾਲੀ ਕਰੋ ਓਏ ਘੰਟਾ ਲੱਗਣਾ ਜੀ ਘੰਟੇ ਦਾ ਚਲੋ ਟਾਈਮ ਦੇ ਦੇ ਚੋ ਘੰਟੇ ਦਾ ਟਾਈਮ ਦੇ ਦੇ ਘੰਟੇ ਦਾ ਦੇ ਘੰਟਾ ਲੱਗਣਾ ਜੀ ਘੰਟਾ ਲਾ ਕੇ ਤੁਸੀਂ ਸਮਾਨ ਖਾਲੀ ਕਰੋਗੇ ਹਾਂਜੀ ਹਾਂਜੀ ਚਲੋ ਲਾ ਕੇ ਦੇਖ ਲਓ ਹੁਣ ਹਾਂ ਚਲਾ ਓਏ ਘੰਟੇ ਚ ਖਾਲੀ ਕਰੋ ਹਾਂਜੀ ਤੁਸੀਂ ਉੱਥੇ ਕੁਰਸੀ ਤੇ ਬੈਠੇ ਰਹਿਣਾ ਤੇ ਮੈਂ ਘੰਟਾ ਲਾ ਕੇ
खाली कर देंगे हो सकता उन्होंने आप हिम्मत ना हो बुढ़ी अपनी आप ही रखियो सहरे की तबीयत हुई है यार तेरी वालदा तो मैं सदके कि दवा पास एक रहम दिल औरत हुई है गर्मी सुते हो गुलाब जामुन का डब्बा खोलिया चल के हो गया मैं सोटी मार के ना तेरा रसौली वर्गा मुंह भन देना कहंदा वजू टुट जाना तू जिस इलाके च रहना उथे रोजे दा कैलेंडर लिया अज तक गया उधर गोडे फट गोडे फट बैठ ये बच्ची मैं तेनू दे दीती है ना इस बच्ची ने मेनू दुखी बहुत किया अच्छा जी हां क्यों जदो छोटी हुंदी सी हां जी नाल दे पिंड निकल के चली गई हैं ओथों मैं नौवां दिन बाहर फड़ के लियांदी बल्ले 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 फिर उस तो अगले पिंड चल गई अच्छा 13 दिन बाद उठो ले आंदी फिर भजे ना दौड़ गई मैं कहा मैं तेरे सजा ही ओ देनी आ काले पाले दी सजा दे किसे तो अगे दौड़े ही ना किसे कंदी नसल दे आ ओ तेरा रेसी फैमिली ना तल्ला का और ता सारिया दौड़ू और तेरी भैन दे खुचा ने ओला बना फिर ओ वीजा दे डेरे से 3 महीने रही ओ अच्छा। मर गया उठे तो छुट्टी ही कोई नहीं ये तो मतलब तेरी भैन भी उठे ही है मैं उठे बोल लो मैं निकल दी गंद कर दी है ना मैं निकल दी जो मर्जी अपनी मर्जी कर ला सदा मैं तेन देनी है अच्छा नहीं तेरे मथे दी तिलकन बाजी दस रही है बैनल को हमें खवातीन ब्रोकर बन जा लट गए सौरा तेरा पुत देया पुतो ना दी फरियादी हासिल कर दब गए मर जा साहब जी किन्नी दौलत आ ते लगी बुड्ढी देती उने ते बस देखो भाई साहब मैं कुड़ी दी तलाक लेनी है अच्छा ते मैं कुड़ी रस्ते जी किसे नु देनी है हुन ए तो घर नहीं मिल जानी मेरा खानदान पूरा बैठा है जवाई आया से ना उन्हें अपने कमरे दे विचों बह गया पुत्र जफी पा इन्हां नूं जफी पा अरे हो जा तेरी जफी किड्डी टूटी आ चलो माफ कर दियो तुहाडा मैं पुछदा आखर बच्ची ने की तुहाडा कसूर कीता सी ਨੇ ਸਾਡਾ ਕੋਈ ਕਸੂਰ ਨਹੀਂ ਕੀਤਾ ਚੁੱਪ ਕਰ ਕੁੱਤਿਆ ਜਿਹੜੇ ਕਿਸੇ ਨੂੰ ਕਹਿੰਦੇ ਆਪ ਹੀ ਹੁੰਦੇ ਆ ਕਿਹੜਾ ਸੌਰਾ ਯਾਰ ਤੁਸੀਂ ਨਾ ਤੁਮ ਕਰਦੇ ਆਏ ਤੇ ਸੌਰਾ ਤੇ ਜਵਾਈ ਦਾ ਸ਼ੁਕਰ ਨਹੀਂ ਹੁੰਦਾ ਜ਼ਿੰਦਗੀ ਨਹੀਂ ਗੁਜ਼ਾਰਨੀ ਜਿਹੜਾ ਜਿਸ ਤਰ੍ਹਾਂ ਪਿਆਰ ਨਹੀਂ ਨਾ ਕਰਦੇ ਅੱਲਾ ਮਾਫੀ ਦੇਵੇ ਦੇਖ ਤਾਂ ਸਹੀ ਪਲਿਆ ਸੰਡਾ ਬੈਠਾ ਹੁੰਦਾ 8-9 ਭੈਣ ਭਰਾ ਕਾਲੇ ਸਿਆਹ ਤੇ ਜੀ ਸੁੱਤੇ ਪਏ ਅੱਛਾ ਪਰਸੀਨਾ ਆਇਆ ਤੇ ਜੀ ਲੱਗਾ ਬਤਾਉਂਗਾ ਤੇ ਪਾਣੀ ਪਾਇਆ ਬਤਾਉਂ ਨਜ਼ਰ ਆ ਗਏ ਜੋੜਾ ਚੈਰੀ ਦਾ ਨਜ਼ਰ ਨਹੀਂ ਆਇਆ ਉਹ ਆਪਣੀ ਜ਼ਬਾਨ ਤੇ ਕੰਟਰੋਲ ਕਰ ਲੈ ਤੈਨੂੰ ਮੈਂ ਦੱਸ ਦਵਾਂ ਪੁੱਤਿਆ ਬੀਵੀ ਦਾ ਅੱਬਾ ਵਾ ਚੱਲ ਸਲਾਮ ਅਲੈਕਮ ਆਏ ਆਏ ਉਰੇ ਚੱਲ ਮਾਫ ਕਰ ਦੇ ਜੀ ਮਾਫ ਉਰੇ ਤੈਨੂੰ ਮੈਂ ਉਰੇ ਆ ਚੱਲ ਬੈ ਜਾ ਉਰੇ ਆ ਤੈਨੂੰ ਅਸਰ ਨਹੀਂ ਹੁੰਦਾ ਤੇਰੇ ਸਲਾਮ ਦੀ ਗਰਾਰੀ ਉੱਡੀ ਆ ਸੋਫੇ ਤੇ ਵੀ ਸਾਲਾ ਇੰਜੀ ਬੈਠਾ ਜਿਵੇਂ ਟਰਾਲੀ ਚੋਂ ਮਸ ਡਿੱਗਾ ਬੱਤਾ ਦੇਹੀ ਆਵਾ ਸ਼ੁਕਰ 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 ਮੈਂ ਕਹ ਜਿਉਂਦੇ ਰਹਿਣ ਉਹ ਜੇ ਆਪਣੀ ਬੱਚੀ ਨੂੰ ਲੈ ਗਿਆ ਫਿਰ ਤੇਰਾ ਕੀ ਬਣੇਗਾ ਮੈਂ ਆਪਕੀ ਬਿਟੀਆ ਕੇ ਉਹ ਚਾਚੀ ਪਰ ਗਈ ਓ ਮਰ ਗਈ
ਚਾਚੀ ਮਰ ਗਈ, ਤੇਰੀ ਚਾਚੀ ਸੱਸ ਮਰ ਗਈ। ਤੂੰ ਰੋ, ਦੂਜਾ ਕੰਮ ਮੈਂ ਕਰਦਾ। ਪਾਗਲ ਦੇ ਬੱਚੇ, ਚਾਚੀ ਬਹੁਤ, ਚਾਚੀ ਮਰ ਗਈ। ਸ਼ੁਕਰ ਆ ਨਿਕਲੇ, ਸ਼ੁਕਰ ਆ। ਹੁਣ ਕੀ ਕਰਨਾ ਹੈ?
अपने पुत्र ते अपने पुत्र होंगे ही पुत्र असल पुत्र होंगे ने जिन्हों बच्ची का रिश्ता दे के उन्होंने अपना जवाई बनाई दा असल पुत्र ओ ही होंगे ने ठीक है पुत्र जिथे मेरा एक पुत्र दो पुत्र हो गए लेकिन कमरे तेना चार इंच कंध करा दो चलो पुत्र तो बना लिया कमरा भी एक बना लो जे नहीं बना कमरा चंद्र पा दो कमरा इन्होंने कितने बनाना भाई इन्होंने न्याणा सही नहीं बनाया हाथ दे विच मक्खन दा पेड़ा ते रोटियां भरी चंगेर खाजो विचो खा छुड़ी ते एक कोई बब्बर शेर बात कर रहे थे धीआं दे रौले पए तैनूं हासे चढ़े ओए पुत्रे ओए मेरा नाम है कजला ते पा देवांगा कजला मेरी नहीं भाई ओए किसे कुत्ती नसल दा लगदा तू गोली खा के हटेगा ओ पानी वाला थले कर और सालिया पानी वाला थले ही कजला गोली खानी यार कजला जिस बाजार च लंघे ओथे सन्नाटे पै जांदे ने ओ क्यों जी जुड़े वाले दिन लंघदा उधरों अपनी सारी जिंदगी कुंड पुणे च लंघी कुंडे सा असीं भी अच्छा मैं क्या पता नहीं तुसीं मर जाना इहदे कोलों ਇਧਰ ਦੇਖੋ ਮਾਸ਼ਾਅੱਲਾ ਆ ਸ਼ਬਕਤ ਚੀਮਾ ਇਧਰੋਂ ਦੇਖੋ ਸ਼ਾਨ ਸਾਹਮਣੇ ਦੇਖੋ ਬਤਨ ਮਨੀਰ ਇਹ ਤੇਰੇ ਵਿੱਚ ਤੇਰੇ ਪਿਓ ਵਾਲੀ ਕੋਈ ਹਰਕਤ ਨਹੀਂ ਓਏ ਬਕਵਾਸ ਕਰੇ ਓਏ ਬੁੱਢਿਆ ਓਏ ਪਹਿਲੇ ਮੈਨੂੰ ਇਹ ਦੱਸ ਓਏ ਮੈਨੂੰ ਕਿਸ ਲਈ ਬੁਲਾਈ ਇੱਥੇ ਇਹ ਤੈਨੂੰ ਮੇਰੇ ਮੁੰਡੇ ਨੇ ਬੁਲਾਇਆ ਇਹਨਾਂ ਨੇ ਬੁਲਾਇਆ ਛੋਟੇ ਸਾਹਿਬ ਜੀ ਨੇ ਤੈਨੂੰ ਮੈਂ ਬੁਲਾਇਆ ਏ ਓਏ ਕੀ ਖਾਣੀ ਓਏ ਓਏ ਸਾਡਾ ਵੇ ਜੀਣਾ ਅਥਰੇ ਨਿਉਲੇ ਵਾਲਾ ਹੀ ਓਏ ਸਾਡਾ ਜੁਆਇਨ ਨਹੀਂ ਹੋ ਜਾਂਦਾ ਤੈਨੂੰ ਮੌਲਾ ਦਾ ਵਾਸਤਾ ਹੀ ਉਹਨੇ ਤੋਂ ਭੇਜਦੇ ਓਏ ਤੂੰ ਫਿਕਰ ਨਾ ਕਰ ਓਏ ਤਿੰਨੇ ਮਿੰਟੀ ਨੁਕਰੇ ਲਾ ਦਿਆਂਗਾ ਓਏ ਲਾਸ਼ਾਂ ਦੇ ਢੇਰ ਲਾ ਦਿਆਂਗਾ ਆ ਬੁਲਾ ਇਹਨੂੰ ਬਸ ਉਹ ਆਵੇ ਤੇ ਤੇਰਾ ਕੰਮ ਆਵੇ ਮੂੰਹ ਤੇ ਕਸੋਂ ਮੁਕੇ ਮਾਰਨਾ ਬਸ ਓਏ ਤੂੰ ਫਿਕਰ ਨਾ ਕਰ ਬਾਬਾ ਇਹਨੂੰ ਕੀ ਆ ਤੁਸੀਂ ਓ ਜੇ ਸੁਣ ਸੁਣ ਕੇ ਕਰਾਂਗੇ ਉਹਨਾਂ ਨੂੰ ਵੀ ਮਜ਼ਾ ਆਏਗਾ ਉਹਨੂੰ ਕਿਉਂ ਪਗਾਇਆ ਕਿੰਨੇ ਪੈਸੇ 20000 ਰੁਪਇਆ ਲਿਆ ਨੇ 20000 ਇਹੀ ਗੱਲ ਤੁਸੀਂ ਆਪਣੀ ਭੈਣ ਨੂੰ ਸਮਝਾਉਂਦੇ ਹੋ ਤਿੰਨਾਂ ਦਿਨਾਂ ਬਾਅਦ ਚੱਲ ਜਾਣੇ ਅਸੀਂ ਨੂੰ ਚੱਪੇ ਅਸੀਂ ਉਹ ਅਸੀਂ ਲਾਣੇ ਆ ਮੈਂ ਕਿਹਾ ਉਹ ਦੱਸਿਆ ਕਿ ਅਸੀਂ ਮਰਾਸੀ ਮੈਂ ਸਿਰਫ ਦੱਸਿਆ ਮਰਾਸੀਆਂ ਨੂੰ ਚੱਪੇ ਵਿੱਚ ਰਾਣਾ ਵੀ ਨਾਲ ਕਹਿਣ ਜਿਹੜੇ ਮਰਾਸੀ ਉਹਨਾਂ ਕੀ ਕਰਨ ਗੁੱਸਾ ਅਸੀਂ ਹਾਸ਼ਮੀ ਰਜਬੂਤ ਆ ਕਿਹੜੇ ਰਜਬੂਤ ਤੁਸੀਂ ਬੰਦੇ ਦਾ ਪੁੱਤਰ ਬਣ ਬੰਦੇ ਦੇ ਹੀ ਆ ਸਾਹਿਬ ਜੀ ਤੂੰ ਤੇ ਕਹਿੰਦਾ ਸੀ ਚਾਚੇ ਸ਼ਫੀ ਦਾ ਇਹ ਝੂਠ ਨੇ ਤੁਹਾਡੇ ਬੂਥੇ ਕਾਲੇ ਕੀਤੇ ਆ ਤੇ ਕੀ ਆ ਕਿਰਮਚੀ ਕਲਰ ਆ ਸਹੀ ਭਾਈ ਗੁਲਾਮਾਬਾਦ ਵਾਲ ਨਾ ਗੋਏ ਨੂੰ ਕਿਰਮਚੀ ਕਹਿੰਦੇ ਆ ਪੁੱਤ ਜਿਹੜਾ ਘੁੰਮੇ ਨੇ ਜ਼ਮੂਨਤ ਕਰਿਆ ਕਰ ਕਾਹਦੀ ਮਿਹਨਤ ਕਰਨੀ ਇਹਨਾਂ ਨੇ ਕਰ ਲਈਆਂ ਇਹਨਾਂ ਨੇ ਮਿਹਨਤਾਂ ਜਿਹੜੀਆਂ ਕਰਨੀਆਂ ਤੁਸੀਂ ਕਮਾਇਆ ਵਾ ਉਹੀ ਉਜਾੜਨਗੇ ਪਹਿਲੋਂ ਤੈਨੂੰ ਕਹਿ ਰਹੇ ਆ ਤੈਨੂੰ ਕਹਿ ਰਹੇ ਆ ਮੈਂ ਰੱਖਾ ਇਹ ਕਿਉਂ ਨੀ ਹੋਣੀ ਆ
ਪੱਠਿਆਂ ਦਾ ਮਸਲਾ ਕਿਹੜੇ ਪੱਠੇ ਵਾਕਈ ਪੱਠਿਆਂ ਦਾ ਮਸਲਾ ਹਫਤਾ ਹੋ ਚੱਲਾ ਖਾਂਦੇ ਹੀ ਨਹੀਂ ਗੇ ਬੇਵਕੂਫ ਬਹਿਨਾ ਪੇਸ਼ ਕਰਨੇ ਕੀ ਨਾਕਾਮ ਕੋਸ਼ਿਸ਼ ਮੇ ਹੋ ਸੌਰੀ ਸਾਹਿਬ ਜੀ रंग सारी उम्र डब्बे का बुलाया मैं गल जी अपना दवो कहती ये बुल वे जिथे लाता छाले पा दिता तेरी मां तो उधर कां बोलन दे बनेरे ते आओ दे मैं तुम भी बारी किया उसे छिछड़े नाश्ते करो केड़े छिछड़े जेड़े कां खान आंदे ए तुहाडी भैन दुआवां मंगदी आ के कां बोले ते मेरे दिल दा प्राणा आवे साहब जी साडी भैन मस्त दुआ करदी है कां आ जांदा हफ्ता हो चला मेरे वेखे तो इदा ही होंगे उन्हें ला ली होनी सुरखी कां वेख के ओ नहीं ए बजी ए ਕਾਕਾ ਕਿਤੇ ਕਾਂ ਤੈਨੂੰ ਨਾਨਾ ਸੌਰਾ ਤੇ ਨਹੀਂ ਸਮਝ ਬੈਠਾ ਅੰਦਾਜ਼ੇ ਨਾਲ ਹੀ ਕਹੀ ਜਾਂਦੇ ਆ ਬੈਠਾ ਏਡਾ ਵੀ ਨਾ ਬੁੱਧੂ ਬਣਾਓ ਪੈਨੂੰ ਉਡਾ ਕੇ ਇੱਧਰ ਲਿਆਓ ਉੱਧਰ ਖੁਰਾ ਵੇ ਇਹਦੀ ਸਿੱਧੀ ਚਾਪੀ ਅੰਦਰ ਪੈਂਦੀ ਆ ਇੱਧਰ ਲੈ ਉਹ ਕਾਂ ਕਾਕਾ ਜਦੋਂ ਵੀ ਕਾਂ ਬੋਲਦਾ ਨਾ ਉਦੋਂ ਹੀ ਤੇਰੀ ਭੈਣ ਨਾਲ ਸੁਰਖੀ ਪਾਊਡਰ ਲਾ ਕੇ ਤਿਆਰ ਹੋ ਕੇ ਬਹਿ ਜਾਂਦੀ ਆ ਬਾਜੀ ਇਹ ਗੱਲ ਬਿਲਕੁਲ ਗਲਤ ਆ ਕਿਉਂ ਅਸੀਂ ਗੈਰਤਮੰਦ ਆ ਕੋਈ ਮੰਨੇ ਜਾਂ ਨਾ ਮੰਨੇ ਇਹ ਪੁੱਤ ਤੂੰ ਗੈਰਤਮੰਦ ਲੇਕਿਨ ਅਬੇ ਆ ਗਿਆ ਕੰਦਰ ਉਹ ਤੇਰੀ ਭੈਣ ਦੇ ਕੁੱਤਿਆਂ ਚ ਚਿੜੀ ਮਾਰਾ ਸਾਲੇ ਸਾਲੇ ਘੱਟ ਲੜਾਈ ਪਈ ਜਾਂਦਾ ਇਹ ਤਿੰਨ ਵਾਰੀ ਬੋਲਿਆ ਭਾਵੇਂ ਤੁਹਾਡੇ ਤਿੰਨ ਬਣੋਈਏ ਆ ਜਾਣ ਭੈਣ ਇੱਕ ਆ ਉਹਨੇ ਬਣੋਈਏ ਕਿ ਤੋਂ ਮੈਡੀਕਲ ਸਟੋਰ ਤੋਂ ਮਿਲਦੇ ਆ ਇਹ ਦੋਰੋ ਦੋ ਪੱਲੇ ਉਹ ਪਾਏ ਜਾਂ ਫਿਰ ਦੋ ਆਪਣੀਆਂ ਟੋਰੀਆਂ ਆਉਣੀਆਂ ਇਹ ਕਾਕਾ ਕਾਂ ਝੂਠਾ ਝੂਠਾ ਕਾਂ ਇਹ ਜਦੋਂ ਬੋਲਦਾ ਬਸ ਬੋਲਦਾ ਰਹਿੰਦਾ ਉਹ ਵਿਚਾਰੀ ਤਿਆਰ ਹੋ ਕੇ ਬਹਿ ਜਾਂਦੀ ਕਾਂ ਨਹੀਂ ਜੇ ਝੂਠਾ ਕਿਉਂ ਉਹ ਜਦੋਂ ਬੰਦੇ ਦੀ ਤਲਬ ਹੁੰਦੀ ਕਾਂ ਬੋਲਦਾ ਬੰਦਾ ਹੁੰਦਾ ਲੇਕਿਨ ਉਹਨਾਂ 'ਚ ਸਾਡਾ ਉਹ ਜਵਾਈ ਨਹੀਂ ਹੁੰਦਾ ਇਹ ਕਰਤਾ ਮੈਂ ਉਹ ਤੁਹਾਡੀਆਂ ਔਰਤਾਂ ਸ਼ਾਹ ਜ਼ੋਰ ਨਾ ਹੋਣ ਬੰਦਾ ਇੱਧਰ ਦਾ ਹੋਵੇ ਘੇਰ ਕੇ ਉੱਧਰ ਲੈ ਜਾਣ ਅੱਲਾ ਮਾਫੀ ਦੇ ਤੁਹਾਡੀਆਂ ਔਰਤਾਂ ਤੇ ਮੇਰਾ ਸਲੂਟ ਹੈ ਉਹ ਕਿਸ ਤਰ੍ਹਾਂ ਦਾ ਭਲਾ ਹੋਵੇ ਭਾਜੀ ਕਿਸ ਤਰ੍ਹਾਂ ਅੱਬਾ ਜੀ ਸੱਚ ਸੱਚ ਹੀ ਹੁੰਦਾ ਝੂਠ ਝੂਠ ਹੀ ਹੁੰਦਾ ਇਹ ਪੁੱਤ ਤੂੰ ਕਦੀ ਆਪਣੇ ਪੂਰੇ ਖਾਨਦਾਨ ਦੇ ਵਿੱਚ ਕੋਈ ਵੀ ਔਰਤ ਐਡੀ ਸਾਦਗੀ ਪਸੰਦ ਨਹੀਂ ਜਿਹੜੀ ਇਹਦੀ ਵਾਲਦਾ ਸਾਦਗੀ ਪਸੰਦ ਆ ਇਹਦੀ ਵਾਲਦਾ ਦੀ ਸਾਦਗੀ ਨੂੰ ਮੇਰਾ ਸਲੂਟ ਵੈਰੀ ਗੁੱਡ ਮਿਹਰਬਾਨੀ ਇਹਦੀ ਸਾਦਾ ਅੱਛਾ ਜੀ ਕੱਪੜੇ ਘੱਟ ਵੱਧ ਹੀ ਪਾਉਂਦੀ ਆ ਉਹ ਮੈਂ ਸਾਲਿਆ ਤੂੰ ਪੇਟ ਤੇ ਇਦਾਂ ਬਣਾਉਣਾ ਜਿੱਦਾਂ ਕਿਤੇ ਉੱਚੀ ਜਗ੍ਹਾ ਤੇ ਭੈਣ ਭਾਉਣ ਲੱਗਾ ਸਾਡੇ ਮਾਵਾ ਸਭ ਦੀਆਂ ਸਾਂਝੀਆਂ ਹਾਂ ਪੁੱਤ ਮਿਹਰਬਾਨੀ ਲੇਕਿਨ ਕਿਰਦਾਰ ਆਪਣਾ ਆਪਣਾ ਹਾਂ ਕੀ ਕਿਰਦਾਰ ਹੈ ਸਾਡੀ ਮਾਂ ਦਾ ਇਨਸਾਨ ਗਲਤੀ ਦਾ ਪੁਤਲਾ ਪੁਤਲਾ ਗਲਤੀ ਦਾ ਆਮ ਕੁੜੀਆਂ ਮੁੰਡੇ ਹਵਾਈ ਮੁਹੱਬਤ ਕਰਦੇ ਨਾ ਪੂਰੇ ਇਲਾਕੇ ਨੂੰ ਪਤਾ ਲੱਗਦਾ ਜਾਨੂ ਇਹ ਤਾਂ ਛੋਟੀ ਬਾਜੀ ਸ਼ਾਨਾ ਉਹਦਾ ਇਧਰੋਂ ਬੁੱਲ ਬਾਟਾ ਜਿਵੇਂ ਮਰੂਦ ਤੇ ਪੈਰ ਨਹੀਂ ਆਇਆ ਅੱਜ ਕਰਕੇ ਉਹਨੇ ਵੀ ਮਸਲੀਆਂ ਦਾ ਨਾਨਾ ਫਸਾਇਆ ਬੰਦਾ ਤੇ ਕਦੇ ਚੰਗੀ ਕੌਮ ਦਾ ਦੇ ਦੇ ਸਾਨੂੰ ਇਹ ਨੰਨਾ ਫਸ ਜਾ ਉਹ ਭੈਣ ਤੇਰੀ ਆ ਉਹ ਕੌਮਾਂ ਦਾ ਕੋਈ ਅਮਲ ਦਖਲ ਨਹੀਂ ਉਹਨੂੰ ਸਿਰਫ ਬੰਦਾ ਚਾਹੀਦਾ ਅੱਲਾ ਮਾਫੀ ਦੇਵੇ ਹੁਣ ਸੱਤ ਹੋ ਗਏ ਆ ਜਾਣ ਨਹੀਂ ਦਿਓ तेन कुटन लगे बंदा आप कुटिया जांदा ਇਸ਼ਤਾ ਕਰਾਇਆ ਮੈਂ ਤੇਰੀ ਬੇਗਮ ਸਾਹਿਬ ਦਾ ਭਲਾ ਕੀਤਾ ਤੇ ਆ ਦੇਖ ਲਓ ਉਹਨੇ ਸਾਨੂੰ ਮਾਰ ਮਾਰ ਕੇ ਮੇਰੇ ਦੰਦ ਗਾਇਬ ਕਰਤੇ ਸਾਰੇ ਓਏ ਬੱਲੇ ਬੱਲੇ ਇੱਕੋ ਹੀ ਛੱਡਿਆ ਇਹਦੇ ਨਾਲ ਕੁੱਤਾ ਬਣ ਲਿਆ ਕਰੇ ਉਹ ਮੇਰੀ ਗੱਲ ਸੁਣ ਲਾ ਹੋਰੀ ਸੁਣਾਈ ਉਹ ਮੇਰੀ ਕਿਰਿਆਨੇ ਮੇਰੀ ਕਿਰਿਆਨੇ ਦੀ ਦੁਕਾਨ 7 ਮਹੀਨੇ ਮੇਰੇ ਕੋਲ ਸੌਦਾ ਲੈਂਦਾ ਰਿਹਾ ਹੈ ਤੇ ਮੈਂ ਜਦੋਂ ਪੈਸੇ ਮੰਗੇ ਤੇ ਮੈਨੂੰ ਕੁੱਟਣ ਲੱਗ ਗਏ ਤੂੰ ਸੌਦਾ ਜਾਦੂ 'ਚ ਛਡਾਇਆ ਕਿ 7 ਮਹੀਨੇ 'ਚ ਮੁੱਕੇ ਹੀ ਨਹੀਂ ₹500 ਈਤੇ ਨੇ ਆਪਣੀ ਭੈਣ ਨੂੰ ਰੱਸਾ ਲੈ ਦਿੱਤਾ
तीन दिन टपती रही, चौथे दिन कल टप गई। इहदी दादी रात ढाई बजे केबल देखण दी, सीन चलिया, कुड़ी ने कपड़े लाए, कुड़ी लम्मे पै गई, उहदा महबूब आया, उह कहिंदा डार्लिंग ये क्या है, लड़की कहिंदी मुहब्बत का लिबास। इहदी दादी ने सीन तो मुतासर होकर झूलियां वाले जिस्म तो कपड़े ला के मंजे दे लम्मे पै गई। इहदा दादा आया कहिंदा बरक ते हा की है, कहिंदी मुहब्बत का लिबास, कहिंदा दुर फिटे मूंह इस्त्री ते कर लैणा। ਚਾਲਿਓ ਕਿੱਦਾਂ ਮੇਰੀ ਦਾਦੀ ਜਲੀਲ ਕਰਦਾ। ਇਹਦੀ ਦਾਦੀ ਮਰ ਗਈ, ਮੈਂ ਕਿਹਾ ਤੇਰੀ ਦਾਦੀ ਮਰ ਗਈ, ਕਹਿੰਦਾ ਚੀਟੇ ਲਾਈ ਆ। ਮੈਨੂੰ ਪੁੱਛਿਆ ਤੇਰਾ ਵੀ ਉਹਨੇ ਕਿਉਂ ਨਹੀਂ ਮਰਦਾ, ਉਹ ਕਹਿੰਦਾ ਛੱਡ ਕੇ ਦੀ ਵੇਖ ਜਾਈ ਵੀ ਮਰੀ ਆ। ਤੈਨੂੰ ਕਹਿਣ ਦਿਆਂ ਉਹਦੀ ਤਲਬ ਤੇਰੇ ਜਵਾਈ ਨਹੀਂ ਹੋਣੀ। ਹਾਂਜੀ ਹੁਣ ਦੁੱਧ ਹੋ ਗਿਆ, ਫਰੂਟ ਹੋ ਗਿਆ, ਸਮਝ ਲਾ ਤੇਰੇ ਜਵਾਈ ਦਾ ਅੰਦਰੋਂ ਗਦਾਮ ਖੁੱਲ ਗਿਆ। ਹਾਏ ਹਾਏ ਯਾਰ, ਸਹਿ ਖਾਈ ਜਾ ਰਹੇ ਹੋ। ਅੱਕ ਗਿਆ ਮੈਂ ਇਹਦੇ ਕੋਲੋਂ। 7 ਮਹੀਨੇ ਹੋ ਰਹੇ ਕਮਰੇ 'ਚੋਂ ਬਾਹਰ ਆਉਂਦਾ, ਖੁਰੇ ਤੱਕ ਖੁਰੇ 'ਚੋਂ ਫੇਰ ਕਮਰੇ, ਪਤਾ ਨਹੀਂ ਡੋਰ ਲਾਉਂਦੇ ਆ। ਚਾਚਾ ਜੀ ਯਾਰ ਬਹੁਤ ਮੌਲਦਾਂ ਤੋਂ ਫਜ਼ੂਲ ਉਹ ਵੀ ਕੀ ਹੋਇਆ ਤੇ ਜਾਣਾ ਪਤਾ। ਚਾਚਾ ਜੀ ਤੁਹਾਡੇ ਅੱਗੇ ਦੀ ਝੰਗ ਬਾਜ਼ਾਰ ਕਰਿਆਨੇ ਦੀ ਦੁਕਾਨ ਨਹੀਂ, ਤੁਹਾਡਾ ਮੂੰਹ ਕਿਉਂ ਸੌਦੇ ਵਰਗਾ। ਆਪਣੀ ਬੁੱਢੀ ਦੇ ਚੰਡ ਕੱਢ ਮਾਰੀ ਠਾ ਸਾਲੀ ਨਾ ਹੋਵੇ ਤਾਂ ਆਪਣੀ ਕੀ ਹੋਈ ਆ। ਕਹਿੰਦੀ ਤੇਤੇ ਰਹਿੰਦੀ ਤੇ ਵੀ ਨੀ ਸੀ ਹੋਣੀ। ਅਗਲੀ ਵਾਰੀ ਫੇਰ ਜੋੜਤੀ, ਕਹਿੰਦਾ ਕਹਿੰਦੀ ਮੋਟਰਸਾਈਕਲ ਵੇਚੀ, ਕਹਿੰਦਾ ਚੱਲ ਉਹ ਰੇਸ ਦਿੱਤੀ ਹੋ ਗਿਆ। 15 ਮਿੰਟਾਂ ਬਾਅਦ ਉਹਦੇ ਨਾਲ ਨੀ ਰਲਿਆ, ਉਹਨੇ ਸ਼ੀਸ਼ਾ ਥੱਲੇ ਕਰਕੇ ਵੇਖਿਆ ਤੇ ਖੰਭੇ ਚ ਵੱਜ ਕੇ ਤਾਂ ਆਉਣਾ ਇੰਜੋਈ। ਉਹਨੇ ਗੱਡੀ ਵਾਪਸ ਲਿਆਂਦੀ, ਉਹ ਇਹਨੂੰ ਕਹਿੰਦਾ ਭਾਜੀ ਮੈਂ ਮੋਟਰਸਾਈਕਲ ਵੇਖੀ ਆ। ਕਹਿੰਦਾ ਇਹਦੀ ਬ੍ਰੇਕ ਕਿੱਥੇ ਹੁੰਦੀ ਆ ਵੀ ਕਾਕਾ। ਮੇਰੀ ਗੱਲ ਸੱਟਾਂ ਕਿੰਨੀਆਂ ਆਪਣਾ। ਇੱਕ ਮਿੰਟ, ਇਹ ਸਿਰਫ ਤੂੰ ਸੋਚ ਲੱਤ ਮਾਰਦੀ ਇਹਨੇ ਨਿਕਲ ਜਾਣਾ। ਕਾਕਾ ਜੀ ਬਸ ਮਾਫ਼ ਕਰ ਦੇ, ਗਲਤੀ ਹੋ ਗਈ ਉਹਦੇ ਕੋਲੋਂ।